ਸਿੱਖ ਕਿਹਨੂੰ ਕਹਿੰਦੇ ਜਿਹੜੇ ਕਾਲਾ ਕੱਢਦੇ ਨੇ ਉਹ ਸਿੱਖ ਨੇ ਜਿਹੜੇ ਖਾਲਸਾਤਨ ਮੰਗਦੇ ਨੇ ਉਹ ਸਿੱਖ ਨੇ ਬੇਸ ਤੋਂ ਸਿੱਖ ਮੇਰਾ ਪਰਵਾਸ ਸੀ ਪਰ ਮੇਰਾ ਹੁਣ ਸਿੱਖ ਹੋਣ ਨੂੰ ਹੀ ਨਹੀਂ ਕਰਦਾ ਬਹੁਤ ਵੱਡੀ ਗੱਲ ਕਹਿ ਰਹੇ ਆ ਗ੍ਰਾਂਸਾ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਫੇਰ ਵਿਵਾਦ ਨਾ ਬਹੁਤ ਆਪ ਹੁੰਦੀ ਰਹੇ ਜਦੋਂ ਤੁਹਾਡੇ ਮੂਹੋਂ ਕਿਸਾਨ ਅੰਦੋਲਨ ਦੇ ਵਿੱਚ ਇਹ ਸਟੇਟਮੈਂਟ ਆਉਂਦੀ ਆ ਵੀ ਅਸੀਂ ਤਾਂ ਇਨਕਲਾਬ ਜਿੰਦਾਬਾਦ ਕਹਾਂਗੇ ਅਸੀਂ ਨਹੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਦਾ ਰੌਲਾ ਉਸ ਦਾ ਨਾਲ ਜਿਹੜੇ ਸਾਡੇ ਧੱਕੇ ਨਾਲ ਜਬਰ ਇ ਐ ਕਹਿੰਦੇ ਨੇ ਵੀ ਤੁਸੀਂ ਸਾਡੀ ਗੱਲ ਸੁਣੋ ਤੁਸੀਂ ਐਂ ਕਹੋ ਤੁਸੀਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਕਹੋ ਸਾਡਾ ਇਤਰਾਜ਼ ਕਿਸ ਗੱਲ ਤੇ ਪੈਂਦਾ ਬਰਾ ਅਸੀਂ ਇਤਰਾਜ਼ ਇਸ ਗੱਲ ਤੇ ਆ ਜਦੋਂ ਪੰਡਾਲ ਦੇ ਵਿੱਚ ਕੀਰਤਿਆਂ ਦਾ ਪੰਡਾਲ ਹੈ ਕਿਸਾਨੀ ਦਾ ਪੰਡਾਲ ਹੈ ਸਾਰੇ ਧਰਮਾਂ ਦਾ ਪੰਡਾਲ ਹੈ ਉੱਥੇ ਸੋਨਿਹਾਲ ਦਾ ਨਾਰਾ ਮਾਰਦੇ ਆ ਉੱਥੇ ਅਸੀਂ ਸਿਰਫ ਵਰਜ ਨੇ ਆ ਬੰਦੇ ਰੌਲਾ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੇ ਮਨਸੂਬੇ ਨਹੀਂ ਪੂਰੇ ਹੋਣ ਦਿੱਤੇ ਅਸੀਂ ਅਸੀਂ ਖਾਲਸਤਾਨੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਅਸੀਂ ਸੱਡੀ ਸਟੇਜ ਨੂੰ ਧਾਰਮਿਕ ਨਹੀਂ ਬਣਨ ਦਿੱਤਾ ਇਹ ਮੇਰੀ ਨਿੱਜੀ ਰੈਪ ਕੁਛ ਨਹੀਂ ਹੋ ਪੰਜ ਧਰਮਾਂ ਦੇ ਲੇਖੇ ਜੋਖੇ ਚ ਪੜਨਾ ਹੋਵੇਗਾ ਮੈਨੂੰ ਸੇਕ ਧਰਮ ਦੀ ਫਿਲਾਸਫੀ ਦੇ ਮੈਂ ਬਹੁਤ ਨੇੜਾ ਹਾਂ ਬਹੁਤ ਲੋਕ ਕਹਿੰਦੇ ਨੇ ਵੀ ਸਾਊਥ ਦੇ ਬਹੁਤ ਲੋਕ ਤੁਹਾਨੂੰ ਚਾਹੁੰਦੇ ਨੇ ਨਕਸਲਵਾੜੀ ਮੂਵਮੈਂਟ ਆ ਤੁਹਾਡੇ ਪਿੱਛੇ ਜਿਹੜੀਆਂ ਇਹ ਚੀਜ਼ਾਂ ਸ਼ਬਦ ਜੁੜਾਇਆ ਗਿਆ ਇਹ ਸ਼ਬਦ ਬਾਰੇ ਅੱਜ ਚੰਗੀ ਤਰ੍ਹਾਂ ਖੁੱਲ ਕੇ ਦੱਸੋਗੇ ਸਾਨੂੰ ਕੀ ਪਾਬੰਦੀ ਹੈ ਕਿਸੇ ਦੇ ਕੋਈ ਇਸ ਗੱਲ ਦੇ ਰੋਕਣ ਦੀ ਕਹਿੰਦੇ ਵੀ ਸਾਨੂੰ ਕੋਈ ਕਾਮਰੇਡ ਕਹਿੰਦੇ ਸਾਨੂੰ ਕੋਈ ਨਕਸਲਵਾੜੀ ਆ ਅਸੀਂ ਤਾਂ ਸ਼ਰਿਆਂ ਵਿੱਚ ਗੱਲਾਂ ਕਹਿੰਦੇ ਆ ਵੀ ਅਸੀਂ ਭਗਤ ਸਿੰਘ ਦੀ ਵਿਚਾਰਧਾਰਾ ਦੇ ਨੂੰ ਮੰਨਦੇ ਆ। ਹਾਂ। ਭਗਤ ਸਿੰਘ ਦੀ ਵਿਚਾਰਧਾਰਾ ਤੇ ਖੜਕੇ ਚੱਲਦੇ ਆ। ਆਮ ਆਦਮੀ ਪਾਰਟੀ ਵੀ ਉਹੀ ਗੱਲ ਕਰਦੀ ਆ। ਤੁਹਾਡੇ ਨਾਲ ਦੀ ਹੀ ਉਹ ਪੱਗ ਬੰਦੇ ਨੇ। ਭਗਤ ਸਿੰਘ ਦੀ ਸੋਚ ਤੇ ਪੱਗ ਬੰਨ ਕੇ ਭਗਤ ਸਿੰਘ ਬਣ ਕੇ ਚੱਲਦੇ ਨੇ। ਕਦੇ ਜਦ ਭਗਵੰਤ ਮਾਨ ਦੇ ਮਨ ਨੂੰ ਉਹ సామਰਾਜਵਾਦ ਮਰਤਾਵਾਦ ਦਾ ਨਾਰਾ ਸੁਣੇ। ਸਤਿਕਾਰ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੀ ਮੁਲਾਕਾਤ ਉੱਗੀਆਂ ਸ਼ਖਸੀਤਾਂ ਦੇ ਨਾਲ ਕਰਾਉਣੇ ਆ ਜਿਹੜੇ ਆਪੋ ਆਪਣੇ ਖੇਤੇ ਦੇ ਵਿੱਚ ਆਪੋ ਆਪਣੇ ਖੇਤਰ ਦੇ ਵਿੱਚ ਇੱਕ ਉਹਨਾਂ ਦਾ ਵੱਡਾ ਨਾਮ ਆ ਜੇ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਆ ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਐਗਰੀਕਲਚਰ ਟਾਕਸ ਗੱਲਬਾਤ ਕਰਾਂਗੇ ਖੇਤੀਬਾੜੀ ਉੱਤੇ ਪਰ ਜਿਹੜੀ ਸ਼ਖਸੀਅਤ ਅੱਜ ਸਾਡੇ ਨਾਲ ਮੌਜੂਦ ਆ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਗੱਲਬਾਤ ਹੋਊਗੀ ਖਾਸ ਕਰਕੇ ਜਿਹੜਾ ਘੋਲਾਂ ਦੇ ਵਿੱਚ ਉਹ ਲੰਘੇ ਆ ਉਹਨਾਂ ਦੇ ਬਾਰੇ ਵੀ ਗੱਲਬਾਤ ਹੋਊਗੀ ਤੇ ਆਉਣ ਵਾਲੇ ਉਹ ਪੰਜਾਬ ਦਾ ਭਵਿੱਖ ਜਾਂ ਕਿਸਾਨੀ ਦਾ ਭਵਿੱਖ ਪੰਜਾਬ ਨੂੰ ਲੈ ਕੇ ਕਿਵੇਂ ਦੇਖਦੇ ਆ ਬੜੇ ਵੱਡੇ ਮੁੱਦੇ ਨੇ ਪਰ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾ ਅਗਰਾਹਾ ਸਾਹਿਬ ਸਵਾਗਤ ਹਸਤੀ ਗਾਲਤ ਸਤਿਕਾਰ ਅਗਰਾਹਾ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਆ ਇੰਨੀ ਲੰਮੀ ਉਮਰ ਦੇ ਵਿੱਚ ਜਾਂ ਕਹਿ ਲਈਏ ਵੀ ਤੁਸੀਂ ਪਹਿਲਾਂ ਹੋਰ ਜਥੇਬੰਦੀ ਦੇ ਵਿੱਚ ਸੀ ਫਿਰ ਇੱਕ ਨਵੀਂ ਜਥੇਬੰਦੀ ਬਣੀ ਅਗਰਾਹਾ ਜਥੇਬੰਦੀ ਬਣੀ ਪਰਿਵਾਰ ਦਾ ਸਹਿਯੋਗ ਜਾਂ ਪਹਿਲਾਂ ਵਾਲੀ ਜ਼ਿੰਦਗੀ ਜਦੋਂ ਬੰਦਾ ਜਵਾਨੀ ਤੋਂ ਬढ़ापे ਵੱਲ ਨੂੰ ਆਉਂਦਾ ਜਾਂ ਜਵਾਨੀ ਦੀ ਗੱਲ ਕਰ ਲਈ ਸੋਚਿਆ ਸੀ ਕਦੇ ਵੀ ਇਹ ਜਿਹੜਾ ਸੰਘਰਸ਼ਾਂ ਵਾਲਾ ਰਾਹ ਹੈਗਾ ਮੈਂ ਚੁਣਤਾ ਲਿਆਗਾ ਵੀ ਜਾਊਗਾ ਕਿੱਧਰ ਨੂੰ ਰਿਤੂ ਰਤਨਾ ਜ਼ਿੰਦਗੀ ਦੇ ਜਦੋਂ ਤੁਰਦੇ ਆ ਉਦੋਂ ਹਾਲਤਾਂ ਦੇ ਮੁਤਾਬਕ ਹੋਰ ਫੈਸਲੇ ਹੁੰਦੇ ਨੇ ਫੈਸਲੇ ਹੁੰਦੇ ਨੇ ਜਿਉਂ ਜਿਉਂ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਆ ਉਦੋਂ ਪਰਿਵਾਰ ਦਾ ਸਹਿਯੋਗ ਕਿੰਨਾ ਕਹੇ ਪਰਿਵਾਰ ਨੂੰ ਕੰਫੀਡੈਂਸ ਕਿੰਨਾ ਕੁ ਵੱਧ ਹੈ ਸੰਘਰਸ਼ਾਂ ਦੀ ਜ਼ਿੰਦਗੀ ਵਿੱਚ ਕਿਹੜੀਆਂ-ਕਿਹੜੀਆਂ ਔਕੜਾਂ ਆਉਣਗੀਆਂ ਸਮਾਜਿਕ ਸਮੱਸਿਆ ਇਕਨੋਮਿਕੀ ਸਮੱਸਿਆ ਪਰਿਵਾਰ ਦੇ ਰਿਝੇ ਮਿਆਂ ਦੀਆਂ ਸਮੱਸਿਆਵਾਂ ਬੱਚਿਆਂ ਦੀਆਂ ਸਮੱਸਿਆਵਾਂ ਉਹ ਸਾਰੀਆਂ ਵਿੱਚ ਐਡ ਕਰਕੇ ਜਦੋਂ ਦੇਖਿਆ ਅਸੀਂ ਪਿਛਲੇ ਸਮੇਂ ਚੱਲਿਆ ਉਹ ਜਿਹੜਾ ਪਰਿਵਾਰ ਦੇ ਸਹਿਯੋਗ ਤੋਂ ਕੋਆਪਰੇਸ਼ਨ ਤੋਂ ਬਿਨਾਂ ਜਿਹੜਾ ਜਾਵੇ ਜਿਵੇਂ ਜੀਵਨ ਸਾਥਨ ਦੇ ਸਹਿਯੋਗ ਤੋਂ ਬਿਨਾਂ ਜੀ ਇਸ ਮਸਿਆਂ ਦਾ ਸਾਹਮਣਾ ਕੀਤਾ ਨਹੀਂ ਸੀ ਜਾ ਸਕਦਾ ਕਿਉਂਕਿ ਦੋ ਕਿਸਮ ਦੇ ਅਟੈਕ ਉਧਰੋਂ ਸਰਕਾਰ ਦਾ ਅਟੈਕ ਉਧਰੋਂ ਸਮਾਜ ਦੀਆਂ ਗੱਲਾਂ ਜੀ ਉਧਰੋਂ ਪਰਿਵਾਰਕ ਕਵੀਨਦਾਰੀ ਦੀਆਂ ਤੰਗੀ ਤਰੋਟੀਆਂ ਇਹ ਸਾਰੀਆਂ ਗੱਲਾਂ ਚ ਜਿਹੜੀਆਂ ਵਿੱਚ ਐਡ ਹੁੰਦੀਆਂ ਨੇ ਜਦੋਂ ਜੀ ਉਦੋਂ ਬੰਦੇ ਨੂੰ ਜਿਹੜੀਆਂ ਸੰਸਥਾਵਾਂਾਂ ਦੇ ਵਿੱਚ ਅਸੀਂ ਕੰਮ ਕਰਦੇ ਆਂ ਜਿਵੇਂ ਖੇਤੀ ਕਿੱਤੇ ਨੂੰ ਕਰਜ਼ੇ ਤੋਂ ਮੁਕਤ ਕਰਾਉਣਾ ਤੇ ਆਰਥਿਕ ਸੰਕਟ ਦੇ ਵਿੱਚੋਂ ਕੱਢਣ ਦੀ ਜਿਹੜੀ ਗੱਲ ਕਰਦੇ ਆਂ ਜੀ ਤਾਂ ਸਰਕਾਰ ਦੇ ਨਾਲ ਟੱਕਰਾਂ ਵੀ ਹੁੰਦੀਆਂ ਨੇ ਸਰਕਾਰ ਦੇ ਇੱਕ ਜ਼ਬਰਦਸਤ ਸਾਹਮਣਾ ਵੀ ਕਰਨਾ ਪੈਂਦਾ ਹੈ ਜੀ ਉਦੋਂ ਜਿਹੜੀ ਸਮੱਸਿਆਵਾਂ ਦੇ ਵਿੱਚ ਪਰਿਵਾਰਕ ਸਹਿਯੋਗ ਦਾ ਬਹੁਤ ਲੋੜ ਹੁੰਦਾ ਹੈ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਕੋਈ ਲੜਾਈ ਅੱਗੇ ਕਾਹ ਵਧਾਈ ਨਹੀਂ ਜਾ ਸਕਦੀ ਤੁਹਾਨੂੰ ਪਰਿਵਾਰ ਦਾ ਪੂਰਾ ਸਹਿਯੋਗ ਰਿਹਾ ਹਾਂ ਮੈਨੂੰ ਜਿਹੜੀ ਇਹ ਮੈਂ ਜੇ ਲੜਾਈ ਲੜ ਸਕਿਆ ਤਾਂ ਮੇਰੀ ਘਰ ਵਾਲੀ ਦੀ ਮੇਰੇ ਜੀਵਨ ਸਾਥਣ ਦੀ ਸਹਿਯੋਗ ਨਾਲ ਤੇ ਮੇਰੇ ਬੱਚਿਆਂ ਨੂੰ ਜਦੋਂ ਅਸੀਂ ਇਹ ਗੱਲਾਂ ਕਰਦੇ ਘਰੇ ਘਰਾਂ ਦੇ ਵਿੱਚ ਅਸੀਂ ਗੱਲਾਂ ਆਉਂਦੀਆਂ ਕਈ ਵਾਰੀ ਤਾਂ ਅਸਰਾਉਂਦਾ ਐ ਮਸ ਸੁਣਨ ਲੱਗ ਜਾਂਦਾ ਵੀ ਪਾਪਾ ਅਸੀਂ ਇੱਥੇ ਜਦੋਂ ਇਕੱਲੇ ਹੁੰਨੇ ਆ ਪੁਲਿਸ ਦੇ ਆੜਾ ਆ ਜਾਂਦੀਆਂ ਸਾਰੀ ਗਲੀ ਭਰੀ ਹੁੰਦੀ ਹੈ ਆਲੇ-ਦਾਲੇ ਉਹ ਘੇਰ ਲੈਂਦੇ ਨੇ ਪੁਲਿਸ ਵਾਲੇ ਪਰਿਵਾਰ ਵਾਲਿਆਂ ਨੂੰ ਉਦੋਂ ਐ ਲੱਗਦਾ ਹੁੰਦਾ ਵੀ ਪਾਪਾ ਨੇ ਕਿੱਥੇ ਪੰਗੇ ਲੈ ਆ ਪਰ ਉਸ ਤੋਂ ਬਾਅਦ ਜਦੋਂ ਐ ਲੱਗਦਾ ਵੀ ਸਮਾਜ ਦੇ ਵਿੱਚ ਉਸ ਗੱਲ ਦੇ ਛਿੱਟੇ ਨਿਕਲਦੇ ਜਦੋਂ ਜੇਲਾ ਜੁਲਾ ਕੱਟ ਕੇ ਅਸੀਂ ਵਾਪਸ ਆਉਂਦੇ ਉਦੋਂ ਜਹਾਂ ਜਹਾਂ ਮਾਨ ਸਨਮਾਨ ਸਮਾਜ ਦੇ ਵਿੱਚੋਂ ਮਿਲਦਾ ਗੱਲ ਕਰਨ ਨੂੰ ਮਿਲਦੀ ਉਦੋਂ ਬੱਚਿਆਂ ਨੂੰ ਸਕੂਨ ਮਿਲਦਾ ਤੇ ਉਹਦੇ ਨਾਲ ਫਿਰ ਹੌਲੀ 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 ਇਹ ਐਡਜਸਟਮੈਂਟ ਐ ਹੁੰਦੀ ਰਹੀ ਵੀ ਇਹ ਜ਼ਿੰਦਗੀ ਜਹਾਂ ਜਹਾਂ ਕੋਸਤਾ ਹੋਊਗਾ ਫਿਰ ਜਣੀ ਹੁਣ ਆਮ ਜਰ ਰਵਾਜ ਬਣ ਗਿਆ ਵੀ ਪੁਲਿਸ ਤਾਂ ਆਪਣੇ ਲੀਡਰਾਂ ਦੇ ਘਰੇ ਆਉਂਦੀ ਹੁੰਦੀ ਐ ਪੁਲਿਸ ਤਾਂ ਭਾਪੇ ਹੁਰੀਆਂ ਨੂੰ ਤਾਂ ਜੇਲ੍ਹ ਜਾਣਾ ਹੀ ਹੁੰਦਾ ਵੀ ਇਹ ਕੋਈ ਐਡੀ ਗੱਲ ਨਹੀਂ ਹੈ ਵੀ ਵੱਡੀ ਗੱਲ ਹੈ ਇਹ ਪੁਲਿਸ ਦੀਆਂ ਕਾਰਵਾਈ ਤਾਂ ਆਪਣੀ ਕਾਰਵਾਈ ਦੇ ਮੁਕਾਬਲੇ ਬਹੁਤ ਛੋਟੀਆਂ ਨੇ ਇਸ ਤਰ੍ਹਾਂ ਲੱਗਣ ਲੱਗ ਗਿਆ ਜਾਨੀ ਇੱਕ ਜ਼ਿੰਦਗੀ ਦੀ ਇੱਕ ਸਟੇਜ ਸੀ ਵੀ ਮੈਂ ਤੇ ਮੇਰੇ ਘਰ ਵਾਲੀ ਦੋਨੇ ਜੇਲ੍ਹ ਚਲੇ ਗਏ ਹੂੰ ਹਾਂ ਵੱਡੀ ਕੁੜੀਆ ਦਾ ਵਿਆਹ ਹੋਇਆ ਸੀ ਤੇ ਛੋਟੀ ਕੁੜੀਆ ਕਲੇ ਘਰੇ ਸੀ ਬਾਪੂ ਸੀ ਇਹੋ ਬਿਮਾਰ ਸੀ ਉਸ ਹਾਲਤ ਦੇ ਵਿੱਚ ਜਦੋਂ ਮੈਨੂੰ ਫੜੇ ਗ੍ਰਿਫਤਾਰ ਕੀਤਾ ਉਸ ਤੋਂ ਪਹਿਲਾਂ ਮੇਰੇ ਵੀ ਗ੍ਰਿਫਤਾਰ ਹੋਣ ਤੋਂ 3 ਦਿਨ ਪਹਿਲਾਂ ਮੇਰੇ ਘਰ ਵਾਲੇ ਦੋਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਤਾ ਸੀ ਤੇ ਉਦੋਂ 3-4 ਦਿਨ ਬਾਅਦ ਮੈਨੂੰ ਫੜਿਆ ਗ੍ਰਿਫਤਾਰ ਕੀਤਾ ਜਦੋਂ ਉਦੋਂ ਐ ਲੱਗਦਾ ਸੀ ਬੱਚਿਆਂ ਨੂੰ ਵੀ ਬੱਚੇ ਮੈਨੂੰ ਵੀ ਲੱਗਦਾ ਸੀ ਵੀ ਬੱਚੇ ਕਿਤੇ ਡੋਲ ਨਾ ਜਾਣਾ ਮੈਂ ਆਪਣੀ ਗੁੜੀਆਂ ਨੂੰ ਕਿਹਾ ਬੇਟਾ ਮੈਂ ਤਾਂ ਹੁਣ ਚੱਲਿਆ ਜੇਲ੍ਹ ਮੈਨੂੰ ਤਾਂ ਕਾਫੀ ਮਹੀਨੇ ਲੱਗ ਸਕਦੇ ਆ ਤੇ ਤੇਰਾ ਵੀ ਤੂੰ ਉਹ ਕਹਿੰਦੀ ਕੋਈ ਨਹੀਂ ਪਾਪਾ ਮੈਂ ਭੂਆ ਨੂੰ ਬੁਲਾ ਲਵਾਂਗੀ ਵੀ ਅਸੀਂ ਕਰਾਂਗੇ ਡਿਸਾਸਟਰ ਤੂੰ ਫਿਕਰ ਨਾ ਕਰੋ ਐਸ ਤਰ੍ਹਾਂ ਜਿਹੜਾ ਸਹਿਯੋਗ ਸੀਗਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਚੇਤਨਾ ਬਣਾਈ ਹੋਈ ਸੀ ਉਹਨਾਂ ਨਾਲ ਗੱਲਾਂ ਸਾਂਝੀਆਂ ਕਰਦੇ ਰਹੇਦੇ ਹੁੰਦੇ ਸੀਗੇ ਉਹਦੇ ਚੋਂ ਜਿਹੜਾ ਸਹਿਯੋਗ ਮਿਲਿਆ ਉਹਦੇ ਨਾਲ ਇਹ ਜ਼ਿੰਦਗੀ ਜਨੀਆਂ ਮਿਲਿਆ ਵੀ ਅਸੀਂ ਐ ਸਮਝਦੇ ਆ ਵੀ ਸਕੂਨ ਜਾਂ ਮਿਲ ਰਿਹਾ ਹੁਣ ਜ਼ਿੰਦਗੀ ਚ ਵੀ ਯਾਰ ਜੇ ਡੋਲੇ ਨਹੀਂ ਜੇ ਖੜੇ ਆ ਜੇ ਆਪਦੇ ਸੂਲਾਂ ਤੇ ਖੜੇ ਆ ਜੇ ਇਹ ਜਿਹੜੀਆਂ ਸਰਮਾਇਦਾਰੀ ਚਾਲਾਂ ਨੇ ਪੈਸੇ ਟੁੱਕਰ ਦੇ ਲੈਣ ਦੇਣ ਦੀ ਗੱਲ ਕਰਨੀ ਜਾਂ ਕਿਸੇ ਤਰ੍ਹਾਂ ਡਰਾਬੇ ਦੇਣ ਦੀ ਗੱਲ ਕਰਨੀ ਉਹਨਾਂ ਤੋਂ ਜੇ ਬਚ ਕੇ ਰਹੇ ਆ ਤਾਂ ਉਹਦਾ ਫਾਇਦਾ ਹੋਇਆ ਉਹ ਕਹਿੰਦਾ ਮੈਨੂੰ ਨਹੀਂ ਮੇਰੀ ਜਥੇਬੰਦੀ ਨੂੰ ਵੀ ਸਮਾਜ ਦੇ ਲੋਕਾਂ ਨੂੰ ਵੀ ਹੁਣ ਜਦ ਨਹੀਂ ਸਵਾਲ ਉੱਠਦਾ ਕੋਈ ਵੀ ਸਾਡੇ ਤੇ ਕੋਈ ਇਹ ਬਿਕ ਜਾਣਗੇ ਜਾਂ ਡਰ ਜਾਣਗੇ ਜਾਂ ਝੁੱਕ ਜਾਣਗੇ ਇਹ ਜਿਹੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ ਪਹਿਲਾਂ ਤਾਂ ਮਿਲਦੀਆਂ ਸੀਗੀਆਂ ਵੀ ਲੀਡਰ ਹੁੰਦੇ ਨੇ ਉਹ ਆ ਜਾਂਦੇ ਨੇ ਚੜ ਜਾਂਦੇ ਨੇ ਜਦੋਂ ਚੜ੍ਹਾਈ ਹੋ ਜਾਂਦੀ ਆ ਫਿਰ ਉਹ ਮੌਕਾ ਹੁੰਦਾ ਵਸਾਦਾ ਕਰ ਜਾਂਦੇ ਨੇ ਜਨੀਆਂ ਇਸ ਗੱਲ ਤੋਂ ਐ ਸਮਝਿਆ ਜਾਂਦਾ ਵੀ ਬੜੇ ਹਿੱਸੇ ਤੋਂ ਮੁਕਤਾਂ ਜੇ ਤੁਹਾਡੀ ਗੱਲ ਕਰਦਾ ਮੈਂ ਜਥੇਬੰਦੀ ਨਾਲ ਤੁਸੀਂ ਜੁੜੇ ਹੋ ਕਿਸਾਨ ਜਥੇਬੰਦੀ ਦੇ ਨਾਲ ਕਿੰਨੀ ਉਮਰ ਸੀ ਤੁਹਾਡੀ ਉਦੋਂ ਉਹਨੂੰ ਤਾਂ ਮੈਂ ਗੱਭਰੂ ਸੀਗਾ 35-36 ਸਾਲ ਦੀ ਮੇਰੀ 35 ਸਾਲ ਦੀ ਉਮਰ ਸੀ ਹੂੰ ਜਦੋਂ ਮੈਂ ਜੁੜ ਗਿਆ ਸੀ ਤੇ ਉਦੋਂ ਪਹਿਲਾਂ ਵੀ ਤੁਸੀਂ ਕੋਈ ਮੂਵਮੈਂਟ ਦਾ ਹਿੱਸਾ ਰਹੇ ਹੋ ਉਦੋਂ ਪਹਿਲਾਂ ਮੈਂ ਨੌਜਵਾਨ ਪਰਸਵਾਰ ਵਿੱਚ ਕੰਮ ਕੀਤਾ ਕੁਝ ਸਾਲ ਹੂੰ ਉਸ ਤੋਂ ਬਾਅਦ ਮੇਰੀ ਉਮਰ ਜਿਹੜੀ ਸੀ 35-36 ਸਾਲ ਦੀ ਜਦੋਂ ਹੋ ਗਈ 35 ਤੋਂ ਬਾਅਦ ਤਾਂ ਨੌਜਵਾਨ ਪਰਸਵਾਰ ਦੀ ਉਮਰ ਦਾ 35 ਦਾ ਹੱਦ ਹੀ ਹੈ ਇੱਕ ਬੜਾ ਤੁਹਾਡੇ ਬਾਰੇ ਇਹ ਕਿਹਾ ਜਾਂਦਾ ਵੀ ਕਰੜੇ ਸੁਭਾਅ ਦੇ ਨੇ ਜਾ ਸਖਤ ਫੈਸਲੇ ਲੈਂਦੇ ਨੇ ਜਿਹੜਾ ਇਹ ਬਦਲਾਵ ਆ ਜ਼ਿੰਦਗੀ ਦਾ ਇਹ ਕਿਹੜੇ ਪੜਾ ਤੇ ਜ਼ਿੰਦਗੀ ਦੇ ਵਿੱਚ ਆਇਆ ਦੇਖੋ ਕਿਸੇ ਦਾ ਸੁਭਾਅ ਕਰੜਾ ਹੋਣਾ ਹੈ ਠੀਕ ਹੈ ਸਮਾਜ ਦੇ ਵਿੱਚ ਜਦੋਂ ਆਉਨੇ ਆ ਉਹਦੋਂ ਸੁਭਾਅ ਤੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਹਾਂ ਕਿਉਂਕਿ ਤਬਦੀਲੀ ਸੋਸਾਇਟੀ ਨਾਲ ਆਉਂਦੀ ਹੈ ਸਮਾਜ ਨਾਲ ਆਉਂਦੀ ਹੈ ਜਿਵੇਂ ਜਿ ਸੋਸਾਇਟੀ ਦੇ ਵਿੱਚ ਰਹੇ ਕਿ ਸਾਨੂੰ ਪਤਾ ਲੱਗਿਆ ਹੁਣ ਜਿਵੇਂ ਬਹੁਤ ਛੇਤੀ ਗੁੱਸੇ ਹੋ ਜਾਣਾ ਗੁੱਸੇ ਹੋ ਕੇ ਕਿਸੇ ਬੰਦੇ ਨੂੰ ਇਹੋ ਜੀ ਗੱਲ ਕਹਿ ਦੇਣੀ ਸਮਾਜ ਦੇ ਲੋਕਾਂ ਦੇ ਵਿੱਚ ਜਿਹਦਾ ਵਿਚਾਰ ਨਾ ਨਾ ਵੀ ਇਹ ਗੱਲ ਦੇ ਛਿੱਟੇ ਕਿ ਨਿਕਲਣਗੇ ਪਹਿਲਾਂ ਇਸ ਗੱਲ ਤੋਂ ਬਹੁਤ ਅਣਜਾਣ ਸੀ ਉਦੋਂ ਇੰਝ ਇੰ ਹੁਣ ਤਾਂ ਜੇ ਜਿਹੜੀ ਮੂੰਹ ਚੋਂ ਗੱਲ ਕੱਢਣੀ ਆ ਮੈਂ ਤੁਹਾਡੇ ਸਾਹਮਣੇ ਬੈਠਾ ਜੋ ਕੁਝ ਮੈਂ ਹੁਣ ਕੈਮਰੇ ਦੇ ਸਾਹਮਣੇ ਬੋਲ ਰਿਹਾ ਜੋ ਮੈਂ ਬੋਲ ਗਿਆ ਬੋਲ ਗਿਆ ਜੋ ਮੈਂ ਬੋਲ ਗਿਆ ਇਹ ਵਾਪਸ ਨਹੀਂ ਆਉਣਾ ਤਾਂ ਮੈਨੂੰ ਬਹੁਤ ਸੋਚ ਸਮਝ ਕੇ ਬੋਲਣਾ ਪਊਗਾ ਕਿਸੇ ਵਿਰੋਧੀ ਬਾਰੇ ਵੀ ਕਿਹੋ ਜੀ ਟਿੱਪਣੀ ਕਰਨੀ ਹੈ ਕਿ ਨਹੀਂ ਕਰਨੀ ਫਿਰ ਸਮਾਜ ਦੇ ਵਿੱਚ ਖੜੇ ਆ ਇਸ ਜਗ੍ਹਾ ਤੇ ਆਪਾਂ ਗੱਲ ਕਰਨੀ ਹੈ ਕਿ ਨਹੀਂ ਕਰਨੀ ਐਡੇ ਕੱਠ ਦੇ ਵਿੱਚ ਜਥੇਬੰਦੀ ਦੇ ਵਿੱਚ ਹੁੰਦਾ ਬਹੁਤ ਸਾਰੀਆਂ ਕਿਸੇ ਅਗੂ ਚ ਕਮੀ ਆ ਜਾਂਦੀ ਹੈ ਉਹਨੂੰ ਲੋਕਾਂ ਦੇ ਸਾਹਮਣੇ ਉਹਦੇ ਨਾਲ ਗੱਲ ਕਰਨੀ ਕਿ ਕੱਢ ਕਰਨੀ ਹੈ ਕਿਹੜੇ ادارے ਦੀ ਗੱਲ ਕਿੱਥੇ ਕਰਨੀ ਹੈ ਇਹ ਗੱਲਾਂ ਦਾ ਧਿਆਨ ਜਿਹੜੀ ਕੰਮ 'ਚ ਪੈ ਕੇ ਹੀ ਗੱਲਾਂ ਸਿੱਖਣ ਨੂੰ ਮਿਲੀਆਂ ਨੇ ਸਿੱਖੀ ਜਾਂਣੀਆਂ ਜਿਹਨੀਆਂ ਐ ਤਾਂ ਵੀ ਠੀਕ ਹੈ ਹੁਣ ਨਹੀਂ ਸਾਡੇ ਚ ਉਹ ਸੁਭਾਜ ਵਿੱਚ ਪਹਿਲਾਂ ਸੀਗਾ ਉਹਦੀ ਬਹੁਤ ਤਬਦੀਲੀ ਆਈ ਹੈ ਤੁਹਾਡੀ ਜਥੇਬੰਦੀ ਨੂੰ ਲੈ ਕੇ ਵੀ ਮੈਂ ਸਵਾਲ ਕਰੂੰਗਾ ਪਰ ਪਰਿਵਾਰ ਵਾਲੇ ਪੱਖ ਤੋਂ ਜਿਹੜੇ ਇੱਕ ਨਿਜੀ ਟੈਗ ਲੱਗ ਜਾਂਦੇ ਆ ਬੰਦੇ ਦੇ ਉੱਤੇ ਜਾਂ ਨਿਜੀ ਗੱਲਾਂ ਜਾਂ ਨਿਜੀ ਜਿਹੜੀਆਂ ਤੋਹਮਤਾਂ ਲੱਗਦੀਆਂ ਸਮਾਜ ਦੇ ਵਿੱਚ ਵੀ ਇਹ ਜਥੇਬੰਦੀ ਦੇ ਵਿੱਚ ਨੇ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਨੂੰ ਪੈਸਾ ਬਣਦਾਗਾ ਕਿੱਲੇ ਬੰਦੇ ਆ ਇਹ ਜਿਹੜੀਆਂ ਇਹ ਚੀਜ਼ਾਂ ਆਂ ਫਿਰ ਇਹ ਇਹਦੇ ਵਿਅਕਤੀ ਵਿਸ਼ੇਸ਼ਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨਾਲ ਜੁੜੇ ਹੋਏ ਨੇ ਨਕਸਲਵਾੜੀਏ ਨੇ ਇਹ ਜਿਹੜੀਆਂ ਚੀਜ਼ਾਂ ਇਹ ਤੰਗ ਪਰੇਸ਼ਾਨ ਕਰਦੀਆਂ ਜਾਂ ਬੱਚਿਆਂ ਨੇ ਕਦੇ ਪੁੱਛਿਆਗਾ ਵੀ ਇਹ ਪਾਪਾ ਕੀ ਹੋ ਰਿਹਾ ਹੈਗਾ ਦੇਖੋ ਬੱਚੇ ਨੇ ਬੱਚਿਆਂ ਨੇ ਮੇਰੀ ਜ਼ਿੰਦਗੀ ਦੀ ਹਕੀਕਤ ਦਾ ਬਹੁਤ ਨੇੜੇ ਦੇਖੀ ਹੋਈ ਹੈ ਹੂੰ ਉਹ ਮੇਰੀ ਹਕੀਕਤ ਨਾਲ ਜਿਹੜੀਆਂ ਮੇਲ ਖਾਂਦੀਆਂ ਗੱਲਾਂ ਨੇ ਜਦੋਂ ਉਹ ਆਉਂਦੀਆਂ ਨੇ ਉਹਨਾਂ ਨੂੰ ਤਾਂ ਵਿਚਾਰ ਸਕਦੇ ਨੇ ਵੀ ਇਹ ਤਾਂ ਆਪਾਂ ਪਹਿਲੀ ਜ਼ਿੰਦਗੀ ਦਾ ਮੇਲ ਹੀ ਖਾਂਦੀਆਂ ਨੇ 20 ਦੇ ਵਾਲੇ ਪਰਚੋਲ ਕਰੀਏ ਪੁੱਛੀਏ ਜਿਹੜੀਆਂ ਗੱਲਾਂ ਦਾ ਮੇਰੀ ਜ਼ਿੰਦਗੀ ਨਾਲ ਮੇਲ ਹੀ ਨਹੀਂ ਕਦੇ ਹੋ ਸਕਿਆ ਹੂੰ ਉਹ ਗੱਲਾਂ ਜਦੋਂ ਸੁਣਨ ਨੂੰ ਆਉਂਦੀਆਂ ਨੇ ਉਹਨਾਂ ਨੌਪਰੀਆਂ ਲੱਗਦੇ ਨੇ ਇਗਨੋਰ ਕਰ ਦਿੰਦੇ ਨੇ ਬੱਚੇ ਜਿਵੇਂ ਹੁਣ ਕਹਿ ਦਾਣਾ ਬੱਚੇ ਵੀ ਪਾਪੇ ਨੇ ਪੈਸੇ ਬਣਾ ਲਏ ਪਾਪੇ ਨੇ ਜਾਇਦਾਦ ਬਣਾ ਲਈ ਹੂੰ ਪਾਪੇ ਬਾਰੇ ਹੀ ਜੇਕਰ ਆ ਵੀ ਇਹਦੇ ਕੋਠੀਆਂ ਪੈ ਗਈਆਂ ਇਹ ਤਾਂ Rajasthan ਚ ਮੈਂ ਜ਼ਮੀਨ ਖਰੀਦ ਲਈ ਅਜਿਹੀਆਂ ਗੱਲਾਂ ਤਾਂ ਬੱਚੇ ਇਗਨੋਰ ਕਰ ਦਿੰਦੇ ਨੇ ਵੀ ਇਹ ਤਾਂ ਇਹ ਤਾਂ ਤੁਮ ਤਾ ਨੇ ਇਹ ਤਾਂ ਦੂਸ਼ਣ ਬਾਜ਼ੀਆਂ ਨੇ ਬਹੁਤ ਸਾਰੇ ਬੰਦਿਆਂ ਨੂੰ ਤਾਂ ਹੁਣ ਇਹ ਨਹੀਂ ਪਤਾ ਵੀ ਮੇਰੇ ਮੇ ਮੁੰਡਾ ਹੈ ਕਿ ਨਹੀਂ ਹੈ ਉਂਝੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਜਦੋਂ ਬੱਚਿਆਂ ਨੂੰ ਉਹਦੇ ਪਾਪੇ ਦਾ ਮੁੰਡਾ ਦਾ ਡੀਐਸਪੀ ਲੱਗਿਆ ਹੋਇਆ ਪਾਪੇ ਦਾ ਮੁੰਡਾ ਦਾ ਪਲਣੇ ਜਗ੍ਹਾ ਤੇ ਭਰਤੀ ਕਰਿਆ ਹੋਇਆ ਹੁਣ ਪਾਪੇ ਦੇ ਪਤਾ ਨਹੀਂ ਕਿੱਥੋਂ ਮੁੰਡੇ ਨੇ ਇਹ ਤਾਂ ਉਹਨਾਂ ਤਾਂ ਹਕੀਕਤਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਨਾ ਲੱਗਦੀਆਂ ਨੇ ਵੀ ਜਈਆਂ ਜਈਆਂ ਗੱਲਾਂ ਹੋ ਸਕਦੀਆਂ ਨੇ ਆਹ ਗੱਲਾਂ ਦੀ ਕੀ ਤੋਕ ਹੈ ਹਾਂ ਇਸ ਕਰਕੇ ਅਹੇ ਤਾਂ ਕੋਈ ਉਹਨਾਂ ਨੂੰ ਜਿਹੜੀ ਹਾਂ ਮੇਰੀ ਜ਼ਿੰਦਗੀ ਦੇ ਨਾਲ ਜੁੜੀ ਹੁੰਦੀ ਹੈ ਗੱਲ ਕਈ ਵਾਰੀ ਆ ਜਾਂਦੀ ਹੈ ਵੀ ਤੁਸੀਂ ਜਿਵੇਂ ਹੁਣ 26 ਜਨਵਰੀ ਵਾਲੀ 26 ਮੱਬਰ ਦੀ ਗੱਲ ਸੀ ਤੁਸੀਂ ਗਾਂ ਨਹੀਂ ਬਧੇ ਤੇ ਬਾਕੀ ਸਾਰੀਆਂ ਜਿਥੇ ਬੰਦੀਆਂ ਗਾਂ ਬਧੀਆਂ ਬੱਚਿਆਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਉਹ ਜ਼ਿੰਦਗੀ ਦੀ ਜਮਾ ਨੇੜਲੀ ਗੱਲ ਸੀ ਵੀ ਇਹਦਾ ਮਤਲਬ ਕੀ ਪਾਪਾ ਕੀ ਕਾਰਨ ਸੀ ਵੀ ਤੁਸੀਂ 26 ਤਰੀਕ ਨੂੰ ਨਹੀਂ ਤੁਰੇ ਨਹੀਂ ਤੁਰੇ ਉਹ ਹੁਣ ਬੱਚਿਆਂ ਨੂੰ ਨਹੀਂ ਸੀ ਪਤਾ ਕਿਉਂਕਿ ਬੱਚਿਆਂ ਨੇ ਇਹ ਸੁਣਿਆ ਵੀ ਜੇ ਤਾਂ ਬਾਕੀ ਸਾਰੀਆਂ ਜਿਥੇ ਬੰਦੀਆਂ ਨੰਗ ਜਿੱਥੇ ਬੰਦੀ ਕਿਉਰੇਗੀ ਹੁਣ ਜਦੋਂ ਬੱਚਿਆਂ ਨੂੰ ਦੱਸਿਆ ਵੀ ਫੈਸਲਾ ਤਾਂ ਸੀ ਹਾਂ ਵੀ ਅਸੀਂ ਤਾਂ ਫੈਸਲੇ ਦੇ ਪੰਡੰਸੀ ਹਾਂ ਅਸੀਂ ਤਾਂ ਹੁਣ ਜਿੱਥੇ ਬੰਦਿਆਂ ਦੇ ਵਿੱਚ ਨਹੀਂ ਸੀ ਹਾਂ ਅਸੀਂ ਤਾਂ ਉਹਨਾਂ ਦੀ ਹਮਾਇਤੇ ਗਏ ਹੋਏ ਸੀ ਅਸੀਂ ਤਾਂ ਉਹਨਾਂ ਨੂੰ ਬਾਹਰੋਂ ਬਾਹਰੋਂ ਸਮਰਥਨ ਦੇ ਸੀ ਸਾਡੇ ਤਾਂ ਸਾਡੇ ਪਾਸ ਤੇ ਤਾਂ ਸਮੱਸਿਆ ਸੀ ਜੇ ਅਸੀਂ ਉਹਨਾਂ ਦਾ ਜ਼ਬਤਾ ਭੰਗ ਕਰਦੇ ਸੀ ਸਾਡੇ ਵਾਸਤੇ ਸਵਾਲ ਉੱਠਦਾ ਇਹ ਸਾਰੀਆਂ ਜਥੇਬੰਦੀਆਂ ਦੀ ਗੱਲ ਹੋਈ ਸੀ ਸਾਰੇ ਜਿਹਾ ਜਿਹਾੰਦੀ ਗੱਲ ਹੋਈ ਸੀ ਕਿਉਂਕਿ ਸਾਡਾ ਤਾਂ ਅਸੀਂ ਤਾਂ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਕਹਿਣ ਮਤਲਬ ਚੱਲਣਾ ਸੀ ਅਸੀਂ ਤਾਂ ਮਤਲਬ ਬਾਹਰੋਂ ਇਹਦੀ ਹਮਾਇਤ ਦੇ ਵਿੱਚ ਚੈਦੀ ਗੱਲ ਨੂੰ ਠੀਕ ਸਮਝਦੇ ਸੀ ਪਰ ਵਿੱਚ ਨਹੀਂ ਸੀ ਅਸੀਂ ਫਿਰ ਅਸੀਂ ਤਾਂ ਉਹਨਾਂ ਦੇ ਪਾਬੰਦ ਸੀਗੇ ਅਸੀਂ ਤਾਂ ਉਹਨਾਂ ਦੇ ਹੁਕਮ ਦੇ ਵਜੇ ਸੀ ਉਹਨਾਂ ਨੇ ਜਿੰਮੇ ਹੁਕਮ ਕੀਤਾ ਜਦੋਂ ਚੱਲ ਗਏ ਫਿਰ ਅਸੀਂ ਪੁੱਛਿਆ ਵੀ ਤੁਸੀਂ ਤਾਂ ਉਹ ਤੇ ਹਾਂ ਜੀ ਚਲੇ ਗਏ ਫਿਰ ਦੂਜੇ ਦਿਨ ਸਾਨੂੰ ਫੈਸਲਾ ਕਰਨਾ ਪਿਆ ਉਹਦੇ ਅਵਜਾਨੇ ਚ ਜਿਹੜੀਆਂ ਸਾਨੂੰ ਗਾਲਾਂ ਮਿਲੀਆਂ ਸਾਨੂੰ ਗਦਾਰ ਕਿਹਾ ਸਾਨੂੰ ਡਰਗੇ ਕਿਹਾ ਉਹ ਸਾਡੇ ਬੱਚਿਆਂ ਨੇ ਸੁਣੀਆ ਹਾਂ ਉਹ ਸਾਡੇ ਬੱਚਿਆਂ ਨੇ ਵੀ ਵੀ ਤੁਹਾਡੀ ਇਹ ਬੇਲੋੜੀ ਤੁਸੀਂ ਲਾਲਾ ਲਾਲਾ ਕਰਵਾ ਲਈ ਇਹ ਕਹਤੋਂ ਜਦੋਂ ਬੱਚਿਆਂ ਨੂੰ ਸਮਝਾਈ ਵੀ ਇਹ ਬੇਲੋੜੀ ਨਹੀਂ ਹਾਂ ਇਹ ਅਸੀਂ ਕਿਵੇਂ ਜਾਬਤੇ ਚ ਵੱਜੇ ਹੋਇਆ ਕਿਵੇਂ ਅਸੀਂ ਉਹਨਾਂ ਦੀ ਗੱਲ ਪਕਾਈ ਹੈ ਉਹ ਸਾਡੇ ਤੇ ਕੱਲੋਂ ਐਜੂਕੇਸ਼ਨ ਆਣ ਨੂੰ ਵੀ ਤੱਤੇ ਹੋ ਗਰਮ ਬੰਦੇ ਮਰਵਾ ਦੇ ਨਿਉ ਨਾਕੇ ਤੋੜਦੇ ਹੋ ਤੁਸੀਂ ਸਰਨੋਂ ਪਹਿਲਾਂ ਪਹਿਲ ਕਰਦੇ ਹੋ ਅਸੀਂ ਨਹੀਂ ਰਹਿ ਸਕੋ ਹੁਣ ਜਿਹੜੇ ਖੰਡੇ ਸੀ ਜਿਹੜੇ ਕਹਿੰਦੇ ਸੀ ਅਸੀਂ ਨਾਕੇ ਨਹੀਂ ਤੋੜਦੇ ਉਹ ਤੋੜ ਕੇ ਚਲੇ ਗਏ ਅਸੀਂ ਪਿੱਛੇ ਲੋਕਾਂ ਦੇ ਗਾਲਾਂ ਕੱਢੀਆਂ ਜੇ ਸਾਨੂੰ ਗਦਾਰ ਕਹਿਣ ਦੇ ਸ਼ਬਦ ਜਾਂ ਡਰਗੇ ਕਹਿਣ ਦੇ ਸ਼ਬਦ ਮਿਲੇ ਨੇ ਤਾں ਭਾਈ ਉਹਨਾਂ ਦੇ ਫੈਸਲੇ ਮੁਤਾਬਕ ਜਿਥੇ ਬੰਦਿਆਂ ਨੇ ਕੀਤਾ ਫੈਸਲੇ ਮੁਤਾਬਕ ਅਸੀਂ ਖਾਧੀਆਂ ਨਹੀਂ ਵਗਾਲਾ ਉਹ ਚਲੀਆਂ ਨੇ ਉਹ ਚਲ ਕੇ ਫਿਰ ਉਹਨਾਂ ਦੇ ਦਿਮਾਗ ਚ ਆ ਵੀ ਪਿੱਛੇ ਜਦੋਂ ਅਮਲਦਾਰੀ ਹੋਈ ਐ ਹਾਂਡੇ ਜਾਂ ਪੂਰੇ ਘੋਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਾਨੂੰ ਦੇਖਿਆ ਤੇ ਉਹ ਵੀ ਪਸਤਾਏ ਨੇ ਵੀ ਹਾਂ ਗੱਲ ਦਾ ਠੀਕ ਸੀ ਤੁਹਾਡੀ ਗੱਲ ਠੀਕ ਸੀ ਜਗਿੰਦਰ ਸਿੰਘ ਅਗਰਾਹਾ ਬਾਰੇ ਜਦੋਂ ਹੁਣ ਗੱਲ ਹੁੰਦੀ ਐ ਇੱਕ ਗੱਲ ਹੁੰਦੀ ਸੀ 2020 ਤੋਂ ਪਹਿਲਾਂ ਪਰ 2020 ਦੀ ਗੱਲ ਕਰ ਲਈ 21 ਦੀ ਗੱਲ ਕਰ ਲਈ ਜਦੋਂ ਟਾਈਮਸ ਮੈਗਜ਼ੀਨ ਦੇ ਵਿੱਚ ਇਹ ਆਉਂਦਾਗਾ ਵੀ ਜਿਹੜੇ 100 ਸ਼ਕਤੀਸ਼ਾਲੀ ਇਨਸਾਨ ਨੇ ਭਾਰਤ ਦੇ ਵਿੱਚ ਜਾਂ ਸ਼ੌ ਸਖਤੀਸ਼ਾਲੀ ਬੰਦੇ ਨੇ ਉਹਨਾਂ ਦੇ ਵਿੱਚ 88ਵੇਂ ਨੰਬਰ ਤੇ ਤੁਹਾਡਾ ਨਾਮ ਆਉਂਦਾਗਾ ਉਦੋਂ ਬਾਅਦ ਜ਼ਿੰਮੇਵਾਰੀ ਵੀ ਬੜੀ ਵਧੀ ਹੋਊਗੀ ਬਹੁਤ ਹੋਰ ਗੱਲਾਂ ਵੀ ਨਾਲ ਜੁੜਦੀਆਂ ਹੋ ਸਕਦਾ ਤੁਸੀਂ ਇਸ ਗੱਲ ਨੂੰ ਨਾ ਤਵੱਜੂ ਦਿੰਦੇ ਹੋ ਉਸ ਚੀਜ਼ ਦਾ ਕੋਈ ਨਿੱਜੀ ਜ਼ਿੰਦਗੀ ਤੇ ਪ੍ਰਭਾਵ ਪਿਆ ਜਾਂ ਜਥੇਬੰਦੀਕ ਢਾਂਚੇ ਦੇ ਉੱਤੇ ਪ੍ਰਭਾਵ ਉਹ ਮੈਂ ਉਹਦੇ ਨਾਲ ਮੈਨੂੰ ਚ ਨਹੀਂ ਆਇਆ ਤਾਂ ਜਦੋਂ ਕਿਸੇ ਨੇ ਬਕਵਾਰ ਵਾਲੀ ਖਬਰ ਮੈਨੂੰ ਪੜ੍ਹ ਕੇ ਸੁਣਾਈ ਵੀ ਆ ਆ ਰਿਹਾ ਤੁਹਾਡੇ ਬਾਰੇ ਬਹੁਤ ਵੱਡੀ ਖਬਰ ਲੱਗੀ ਤੁਸੀਂ ਜੀਠਾ ਸੀ ਮੇਰੇ ਰੈਂਕ ਤੇ ਆ ਕੇ ਉਹਦੇ 'ਚ ਮੈਨੂੰ ਨਹੀਂ ਲੱਗਿਆ ਵੀ ਮੇਰੇ ਕੋਈ ਬਹੁਤਾ ਵੱਡਾ ਕੋਈ ਅਸਰ ਮੇਰੇ ਤੇ ਪਿਆ ਹੋਵੇ ਕਿਉਂਕਿ ਮੈਨੂੰ ਐ ਲੱਗਿਆ ਵੀ ਤੂੰ ਤਾਂ ਕੋਈ ਜੱਗ ਤੋਂ ਨਿਆਰੀ ਗੱਲ ਤਾਂ ਕੀਤੀ ਨਹੀਂ ਹਾਂ ਪਹਿਲੀ ਇਹ ਗੱਲਾਂ ਨਹੀਂ ਉਹੀ ਗੱਲਾਂ ਨੇ ਜਿਹੜੀਆਂ ਇਨੇ ਸਾਲਾਂ ਤੋਂ ਕਰਦੇ ਆਏ ਆ ਉਹੀ ਗੱਲਾਂ ਕਰਦੇ ਰਹੇ ਹੁਣ ਤੱਕ ਵੀ ਤਾਂ ਉਹ ਤਾਂ ਹੁਣ ਜਥੇਬੰਦੀ ਦੇ ਮੈਨੂੰ ਐ ਲੱਗਦਾ ਵੀ ਸਾਡੀ ਜਹਾਜ਼ ਜਹਾਜ਼ ਹੀ ਸਾਡੀ ਜਥੇਬੰਦੀ ਦਾ ਡਿਸਪਲਾਈਨ ਦੇਖਿਆ ਜਥੇਬੰਦੀ ਦੇ ਕਦ ਕਾਠ ਨੂੰ ਦੇਖਿਆ ਜਥੇਬੰਦੀ ਦੇ ਕਾਰਕੁਨਾਂ ਨੂੰ ਕੰਮ ਕਰਦੇ ਆ ਦੇਖਿਆ ਉਧਰੋਂ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਵਾਲਿਆਂ ਨੇ ਕਿਵੇਂ ਉਹਨਾਂ ਦੇ ਜੈ ਜੇ ਬਣੇ ਉਹ ਇੱਕ ਜਥੇਬੰਦੀ ਮੇਰਾ ਨਾਂ ਤਾਂ ਨਾਂ ਸੀ ਮੈਨੂੰ ਐ ਲੱਗਦਾ ਵੀ ਕੁੱਲ ਕਾਰਗਜ਼ਰੀ ਜਥੇਬੰਦੀ ਦੀ ਨੋਟ ਕੀਤੀ ਉਹਨਾਂ ਨੇ ਜਿਹਦੇ ਚੋਂ ਮੇਰਾ ਕਦ ਦਾ ਮੇਰਾ ਨਾਂ ਲੈ ਕੇ ਉਹਨਾਂ ਨੇ ਰੈਂਕ ਦੇ ਵਿੱਚ ਮੈਨੂੰ ਸ਼ਾਮਲ ਕਰ ਲਿਆ ਹੂੰ ਬਾਕੀ ਤਾਂ ਉਹਨਾਂ ਨੂੰ ਕੀ ਖਾਸੀਅਤ ਲੱਗੀ ਵਿਸ਼ੇਸ਼ਤਾ ਲੱਗੀ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਇਹ ਇਲੈਕਸ਼ਨ ਦੇ ਵਿੱਚ ਇਹ ਮੈਨੂੰ ਮੈਨੂੰ 88ਵੇਂ ਨੰਬਰ ਤੇ ਲਿਆਂਦਾ ਪਰ ਮੈਨੂੰ ਇਹ ਲੱਗਿਆ ਵੀ ਜੋ ਹੋਇਆ ਜੋ ਕੀਤਾ ਹੂੰ ਉਹ ਸਾਡੀ ਜਥੇਬੰਦੀ ਨੇ ਕੀਤਾ ਸਾਡੇ ਸੰਧਾਨਤਾ ਨੇ ਸਾਡੇ ਸੂਲਾਂ ਨੇ ਕੀਤਾ ਉਹਦੇ ਵਿੱਚ ਮੇਰਾ ਜਿੰਨਾ ਕੋਲ ਹੈ ਮੇਰਾ ਇੱਕ ਵਰਕਰ ਦੇ ਤੌਰ ਤੇ ਰੋਲ ਹੈ ਮੇਰਾ ਇੱਕ ਆਗੂ ਦੇ ਤੌਰ ਤੇ ਰੋਲ ਹੈ ਮੇਰਾ ਤਾਂ ਇਹ ਦੇਸੀ ਅਗਰਾਹਾ ਜਥੇਬੰਦੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਪਾਸੇ ਕਿਹਾ ਜਾਂਦਾ ਵੀ ਬੱਤੀ ਜਥੇਬੰਦੀਆਂ ਪੰਜਾਬ ਦੀਆਂ ਇੱਕ ਪਾਸੇ ਅਗਰਾਹਾ ਜਥੇਬੰਦੀ ਹੁਣ ਤਾਂ ਇੱਥੋਂ ਤੱਕ ਵੀ ਗੱਲਾਂ ਹੁੰਦੀਆਂ ਸੀ ਵੀ ਭਾਰਤ ਦੇ ਵਿੱਚ ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਜਾਂ ਏਸ਼ੀਆ ਦੇ ਵਿੱਚ ਵੀ ਗੱਲ ਹੁੰਦੀ ਹੈ ਵੀ ਅਗਰਾਹਾ ਜਥੇਬੰਦੀ ਸਭ ਤੋਂ ਵੱਡੀ ਜਥੇਬੰਦੀ ਆ ਜਥੇਬੰਦੀ ਦਾ ਅਸਲ ਦੇ ਵਿੱਚ ਮੋਟਿਵ ਕੀ ਆ ਜਥੇਬੰਦੀ ਦਾ ਮੋਟਿਵ ਕੈਦੇ ਕਾਨੂੰਨਾਂ ਦੇ ਮੁਤਾਬਕ ਜਥੇਬਹਾਲਤਾਂ ਦੇ ਜਾਇਜ਼ਾ ਲੈ ਕੇ ਹਕੂਮਤਾਂ ਨੂੰ ਦਾ ਖਾਸ ਇਹਨੂੰ ਅੰਗ ਕੇ ਦਿਸ਼ਾ ਤੇ ਦੁਸ਼ਾ ਦੇ ਸੰਮੇਲ ਕਰਕੇ ਜੇ ਫੈਸਲੇ ਕਰਨੇ ਹੂੰ ਉਹੋ ਜਥੇਬੰਦੀ ਹੀ ਅੱਗੇ ਪਰਫੁੱਲ ਹੁੰਦੀ ਹੈ ਹੂੰ ਸਾਡੀ ਜਥੇਬੰਦੀ ਦੀ ਵਿਸ਼ੇਸ਼ਤਾ ਇਹ ਹੈ ਵੀ ਅਸੀਂ ਲੋੜਾਂ ਮੁਤਾਬਕ ਉਹਨਾਂ ਲੋਕਾਂ ਨਾਲ ਸਾਂਝ ਪਾਈ ਹੈ ਹੂੰ ਜਿਹੜੇ ਲੋਕਾਂ ਨੂੰ ਵੇਸ ਹਿੱਸੇ ਨੇ ਸਮਾਜ ਦੇ ਹਿੱਸੇ ਨੇ ਇਗਨੋਰ ਕੀਤਾ ਹੂੰ ਜਿਵੇਂ ਔਰਤਾਂ ਨੂੰ ਹਿੱਸੇ ਨੇ ਇਗਨੋਰ ਕੀਤਾ ਹੋਇਆ ਹੈ ਹੂੰ ਮਜ਼ਦੂਰਾਂ ਨੂੰ ਨਾਲ ਨਹੀਂ ਲੈ ਕੇ ਚੱਲਦੇ ਛੋਟੇ ਤਪਕੇ ਛੋਟੇ ਦੁਕਾਨਦਾਰ ਛੋਟੇ ਕਾਰਖਾਨੇਦਾਰ ਇਹ ਤਪਕੇ ਅੰਦਰੋਂ ਅਗਲਾ ਪਾਸਾ ਵੱਡਦਾ ਜਿਹੜੇ ਮਲਾਜ਼ਮ ਨੇ ਬੇਰਜ਼ਗਾਰ ਨੇ ਪੜੇ ਲਿਖੇ ਵਿਦਿਆਰਥੀ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਇਹ ਤਾਂ ਇਹਨਾਂ ਦੀ ਮੰਗ ਹੈ ਯਾਰ ਮਲਾਜ਼ਮਾਂ ਦੀ ਆਬਦੀ ਮੰਗਾਂ ਜਾ ਰਹੀ ਹੈ ਇਹਦੇ ਅਸੀਂ ਨੇ ਕੀ ਲੈਣਾ ਅਸੀਂ ਇਹਨਾਂ ਦਾ ਸਾਰਿਆਂ ਦਾ ਸੰਮੇਲ ਕਰਕੇ ਚੱਲਦੇ ਹਾਂ ਚੱਲਦੇ ਹਾਂ ਸਾਨੂੰ ਪਤਾ ਹੈ ਵੀ ਕਿ ਕੋਈ ਬੇਰਜ਼ਗਾਰੀ ਦੀ ਗੱਲ ਤੁਸੀਂ ਤਾਂ ਰਤਨ ਜੁੜੇ ਹੋ ਪਿੰਡਾਂ ਨਾਲ ਤੁਸੀਂ ਆਬਦੀ ਸਟੂਡੈਂਟ ਲਾਈਫ ਵੀ ਦੇਖੀ ਹੈ ਤੁਸੀਂ ਉਹ ਲਾਈਫ ਵੀ ਦੇਖੀ ਹੈ ਜਦੋਂ এডਿਕੇਸ਼ਨ ਕੰਪਲੀਟ ਕਰਕੇ ਅਪਲਾਈਡ ਵਾਲੇ ਪਾਸੇ ਉਹਨੂੰ ਕਦਮ ਚੱਕਿਆ ਉਹ ਲਾਈਫ ਵੀ ਦੇਖੀ ਹੈ ਜੀ ਅੱਜ ਜਿਹੜੀ ਬੇਰੁਜ਼ਗਾਰੀ ਦੇ ਮਸਲੇ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਕਿਸੇ ਜਥੇਬੰਦੀ ਨੂੰ ਪ੍ਰਭਾਵ ਨਹੀਂ ਕਰਦੀ ਬੇਰੁਜ਼ਗਾਰੀ ਹਾਂ ਤੇ ਇਹਦੇ ਨਾਲ ਜਿਹੜੀ ਬੇਰੁਜ਼ਗਾਰੀ ਜ਼ਮੀਨਾਂ ਦੀ ਘਾਟ ਮਜ਼ਦੂਰਾਂ ਕੋਲੇ ਮਜ਼ਦੂਰੀ ਨਾ ਹੋਣੀ ਔਰਤਾਂ ਦੇ ਉੱਤੇ ਹੋਣ ਵਾਲੇ ਅਤਿਆਚਾਰਾਂ ਨੂੰ ਦੀ ਗੱਲ ਨਸ਼ਿਆਂ ਦੇ ਪਰਹਾਰ ਦੀ ਗੱਲ ਕਿਸੇ ਨੂੰ ਨਾ ਪ੍ਰਭਾਵਿਤ ਕਰਦੀ ਹੋਵੇ ਮੈਨੂੰ ਨਹੀਂ ਲੱਗਦਾ ਕੋਈ ਹਿੱਸਾ ਇਸ ਤੋਂ ਬਚਿਆ ਹੋਇਆ ਹੈ ਇਸ ਕਰਕੇ ਅਸੀਂ ਉਹ ਸਾਰੀਆਂ ਗੱਲਾਂ ਨੂੰ ਦਾ ਸਮੇਲ ਕਰਕੇ ਉਹਦਾ ਜਾਇਜ਼ਾ ਬਣਾ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਠੀਕ ਹੈ ਇਹਨਾਂ ਦਾ ਕਿਸੇ ਦਾ ਜਾਇਜ਼ਾ ਹੋਊਗਾ ਵੀ ਬੱਤੀ ਜੱਥੇਬੰਦੀਆਂ ਦਾ ਜਾਂ ਪੰਜਾਬ ਦੀ ਜੱਥੇਬੰਦੀਆਂ ਚ ਸਭ ਤੋਂ ਵੱਡੀ ਜੱਥੇਬੰਦੀ ਜਾਂ ਹਿੰਦੁਸਤਾਨ ਦੀ ਜੱਥੇਬੰਦੀਆਂ ਚ ਸਭ ਤੋਂ ਵੱਡੀ ਜੱਥੇਬੰਦੀ ਇਹ ਇਸ ਐਂਗਲ ਤੋਂ ਮੈਂ ਮੈਨੂੰ ਲੱਗਦਾ ਵੀ ਆਪਣੇ ਆਪ ਨੂੰ ਅਸੀਂ ਨਹੀਂ ਕਦੇ ਦੇਖਿਆ ਨਾ ਹੀ ਸਾਡਾ ਇਹ ਪੈਮਾਨਾ ਅਸੀਂ ਨਹੀਂ ਸਮਝਦੇ ਵੀ ਅਸੀਂ ਕੋਈ ਬਹੁਤ ਵੱਡੀ ਜੱਥੇਬੰਦੀ ਆ ਅਸੀਂ ਇਹ ਸਮਝਦੇ ਹਾਂ ਵੀ ਵੱਡੀ ਹੋਵੇ ਛੋਟੀ ਹੋਵੇ ਉਦੇ ਉਸੂਲ ਕਿਹੋ ਜਿਹਨੇ ਉਹਦੇ ਕਾਨੂੰਨ ਕਿਹੋ ਜਿਹਨੇ ਉਹਦੇ ਕਾਇਦੇ ਕਾਨੂੰਨ ਕਿਹੋ ਜਿਹਨੇ ਉਹਦਾ ਕੰਮ ਕਰਨ ਦਾ ਤਰੀਕਾ ਕਰਕੇ ਆ ਇਹਦੇ ਨਾਲ ਵੱਡੀ ਛੋਟੀ ਮਾਪਣੀ ਚਾਹੀਦੀ ਆ ਇਸ ਕਰਕੇ ਅਸੀਂ ਵਿਸ਼ਾਲ ਘੇਰਾ ਰੱਖ ਕੇ ਘੱਟੋ ਘੱਟ ਸਹਿਮਤੀ ਕਰਕੇ ਜੀ ਸੁਣਿਓ ਦੇਖੋ ਵੀ ਪਹਿਲੀ ਵਾਰ ਤੁਸੀਂ ਸੁਣਿਆ ਹੋਣਾ ਕਈ ਵਾਰੀ ਇੰਟਰਵਿਊਾਂ ਵਿੱਚ ਵੀ ਅਸੀਂ ਲੱਖੋਵਾਰ ਰਾਜਵਾਲ ਦੇ ਨਾਲ ਕਦੇ ਸਾਂਝੀ ਸਰਗਰਮੀ ਨਹੀਂ ਕੀਤੀ ਜੀ ਐਸ ਅੰਦੋਲਨ ਦੇ ਵਿੱਚ ਸਾਡੀ ਹਿੱਜਤ ਹੈ ਬੰਦਸਿ ਜੀ ਨੇ ਸਭ ਤੋਂ ਪਹਿਲਾਂ ਕਿਹਾ ਵੀ ਲੱਖੋਵਾਰ ਰਾਜੇਵਾਲ ਵਗੈਰਾ ਨੂੰ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਇਹ ਮਸਲਾ ਐਡਾ ਵੱਡਾ ਹੈ ਕੁੱਲ ਨੂੰ ਨਾਲ ਲਓ ਹੂੰ ਤੇਜ ਕਰਕੇ ਸਾਡੀ ਸਾਡੀ ਮੰਗ ਸੀ ਇਹ ਜਿਹਦੇ ਕਰਕੇ ਅਸੀਂ ਚਲੋ ਉਹਨਾਂ ਨੇ ਮੰਗ ਪ੍ਰਮਾਨ ਕਰ ਲਈ ਦੂਜੀਆਂ ਜਥੇਬੰਦੀਆਂ ਨੇ ਉਹ ਐਂ ਆ ਵੀ ਸਾਡਾ ਮਤਲਬ ਇਹ ਹੈ ਵੀ ਜਿੱਦੀ ਵੱਡੀ ਲੜਾਈ ਹੈ ਹੂੰ ਉਹ ਜਿੱਡੀ ਵੱਡੀ ਲੜਾਈ ਦੇ ਵਿੱਚ ਜਿਹੜੇ ਹਿੱਸੇ ਤੋਂ ਪ੍ਰਭਾਵਿਤ ਨਹੀਂ ਭਾਵੇਂ ਉਹ ਕੋਈ ਨੇ ਉਹਨਾਂ ਦੀ ਸਮਝ ਕੋਈ ਵੀ ਹੈ ਹਾਂ ਉਹਨਾਂ ਸਾਰਿਆਂ ਨੂੰ ਮਿਨਿਮਮ ਪ੍ਰੋਗਰਾਮ ਦੇ ਇਕੱਠੇ ਲੈ ਕੇ ਲੜਨਾ ਚਾਹੀਦਾ ਫੇਰ ਹੀ ਜਿੱਤ ਹਾਸਲ ਹੋਊਗੀ ਇੱਕ ਗੱਲ ਹੋਰ ਵੀ ਜਿਹੜਾ ਤੁਹਾਡੇ ਬਾਰੇ ਕਿਹਾ ਜਾਂਦਾਗਾ ਵੀ ਜਿਹੜੀ ਅਗਰਾਹਾ ਜਥੇਬੰਦੀ ਆ ਨਾ ਤਾਂ ਇਹਨੂੰ ਜਗਿੰਦਰ ਸਿੰਘ ਅਗਰਾਹਾ ਚਲਾਉਂਦੇ ਆ ਇਹਨੂੰ ਤਾਂ ਕੋਈ ਹੋਰ ਚਲਾਉਂਦਾ ਪਿੱਛੇ ਤੋਂ ਚਲਾਉਂਦੇ ਨੇ ਇਹਨਾਂ ਨੂੰ ਸਿਰਫ ਆਦੇਸ਼ ਮਿਲਦੇ ਨੇ ਕੀ ਇਹ ਧਾਰਨਾ ਠੀਕ ਆ ਕਿ ਵਾਕਿਆ ਦੇ ਵਿੱਚ ਤੁਹਾਨੂੰ ਕੋਈ ਹੋਰ ਚਲਾਉਂਦਾਗਾ ਜਾਂ ਫਿਰ ਇਹ ਧਾਰਨਾ ਹੀ ਗਲਤ ਹੈ ਹਾਂ ਚਲ ਕਹੇ ਜੇ ਉਹਨਾਂ ਨੇ ਇਹ ਕਹੇ ਵੀ ਉਹਨਾਂ ਨੂੰ ਕੋਈ ਪਿੱਛੇ ਤੋਂ ਹੋਰ ਚਲਾਉਂਦਾ ਹੈ ਹਾਂ ਹਾਂ ਸਾਨੂੰ ਚਲਾਉਂਦਾ ਬਾਈ ਪਿੱਛੇ ਤੋਂ ਹੋਰ ਕੋਈ ਹਾਂ ਜੇ ਕਿਸੇ ਸਿੱਖ ਨੂੰ ਕਹੇ ਵੀ ਇਹ ਸਿੱਖ ਨੂੰ ਕੋਈ ਪਿੱਛੇ ਤੋਂ ਕੋਈ ਹੋਰ ਚਲਾਉਂਦਾ ਹੈ ਤਾਂ ਉਹ ਕਹਿ ਸਕਦਾ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਚਲਾਉਂਦਾ ਬਾਈ ਹੂੰ ਸਾਨੂੰ ਪਿੱਛੇ ਤੋਂ ਚਲਾਉਣ ਵਾਸਤੇ ਸਾਡੀਆਂ ਲਿਖਤਾਂ ਨੇ ਸਾਡਾ ਵਿਧਾਨ ਹੈ ਸਾਨੂੰ ਪਿੱਛੇ ਤੋਂ ਚਲਾਉਂਦਾ ਕਿਹੜੀਆਂ ਲਿਖਤਾਂ ਜਿਹੜੀਆਂ ਵਿਧਾਨ ਦੇ ਜਿਹੜੀਆਂ ਸਾਨੂੰ ਉਸੂਲ ਬਣਾ ਕੇ ਦਿੰਦੇ ਨੇ ਸਾਡੇ ਜਿਹਨੀਆਂ ਕਿਤਾਬਾਂ ਨੇ ਜਿਹੜੀਆਂ ਅਸੀਂ ਜਦੋਂ ਵੀ ਪਿੱਛੇ ਸਾਡੇ ਇੱਕ ਲਿਟਰੇਚਰ ਪਿਆ ਹੈ ਪਿੱਛੇ ਸਾਡੇ ਇੱਕ ਸਿਧਾਂਤ ਪਿਆ ਜਿਹੜਾ ਕਿਸੇ ਨੂੰ ਨਹੀਂ ਲਿਖਦਾ ਜਿਹਨੂੰ ਐ ਲੱਗਦਾ ਇਹ ਚੱਲਦਾ ਅਸੀਂ ਹੁਣ ਕਹਿ ਸਕਦੇ ਹਾਂ ਤੁਹਾਨੂੰ ਵੀ ਸਾਨੂੰ ਸਲਾਹ ਕਰ ਲੀਏ ਯਾਰ ਕੋਈ ਮਸਲੇ ਦਾ ਸਾਨੂੰ ਸੁਣਨ ਨੂੰ ਤੁਹਾਡੇ ਤੁਸੀਂ ਸਾਨੂੰ ਸਾਡੀ ਇੰਟਰਵਿਊ ਲੈ ਰਹੇ ਹੋ ਸਾਨੂੰ ਕਿਸੇ ਮਨ ਗੱਲ ਦਾ ਜਵਾਬ ਨਹੀਂ ਆਉਂਦਾ ਅਸੀਂ ਗੋਲ ਮੋਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਤੁਹਾਨੂੰ ਸੋਚਾਂ ਕਿ ਜਾਰੇ ਇਹ ਦਾ ਠੋਸ ਜਵਾਬ ਤਾਂ ਅਸੀਂ ਤੁਹਾਨੂੰ ਸੋਚ ਕੇ ਦੇਵਾਂਗੇ ਫਿਰ ਅਸੀਂ ਪਿੱਛੋਂ ਪੁੱਛਦੇ ਆਪਾਂ ਅਸੀਂ ਕਿਹਨੂੰ ਪੁੱਛਦੇ ਆ ਅਸੀਂ ਤਾਂ ਆਪਣੇ ਵਿਦਵਾਨ ਨੂੰ ਪੁੱਛਦੇ ਆ ਆਪਣੇ ਲਿਟਰੇਚਰ ਨੂੰ ਪੁੱਛਦੇ ਆ ਆਪਣੀਆਂ ਲਿਖਤਾਂ ਨੂੰ ਪੁੱਛਦੇ ਆ ਸਾਨੂੰ ਕੋਈ ਬੰਦਾ ਜਾਂ ਸੰਸਥਾ ਸਾਡੇ ਪਿੱਛੇ ਖੜੀ ਕੋਈ ਸੰਸ ਹੂੰ ਇਹ ਹਜਾ ਕੁਛ ਨਹੀਂ ਚਲਾਉਂਦਾ ਬਹੁਤ ਲੋਕ ਕਹਿੰਦੇ ਨੇ ਵੀ ਸਾਊਥ ਦੇ ਬਹੁਤ ਲੋਕ ਤੁਹਾਨੂੰ ਚਾਹੁੰਦੇ ਨੇ नक्सलਵਾੜੀ ਮੂਵਮੈਂਟ ਆ ਤੁਹਾਡੇ ਪਿੱਛੇ ਜਿਹੜੀਆਂ ਇਹ ਚੀਜ਼ਾਂ ਸ਼ਬਦ ਜੁੜਿਆ ਹੈਗਾ ਇਹ ਸ਼ਬਦ ਬਾਰੇ ਅੱਜ ਚੰਗੀ ਤਰ੍ਹਾਂ ਖੁੱਲ ਕੇ ਦੱਸੋਗੇ नक्सਲਵਾੜੀ ਮੂਵਮੈਂਟ ਚੱਲੀ ਹੈ ਹੂੰ ਇਸ ਤੋਂ ਪਹਿਲਾਂ नक्सਲਵਾੜੀ ਮੂਵਮੈਂਟ ਤੋਂ ਪਹਿਲਾਂ ਗਦਰ ਮੂਵਮੈਂਟ ਵੀ ਚੱਲੀ ਐ ਭਗਤ ਸਿੰਘ ਹੋਰਾਂ ਦੀ ਮੂਵਮੈਂਟ ਵੀ ਚੱਲੀ ਐ ਮੂਵਮੈਂਟਾਂ ਤਾਂ ਬਹੁਤ ਚੱਲੀਆਂ ਨੇ ਹਾਂ ਅਸੀਂ ਤਾਂ ਸ਼ਰਿਆਂਵੇਂ ਗੱਲਾਂ ਕਹਿੰਦੇ ਆ ਵੀ ਅਸੀਂ ਭਗਤ ਸਿੰਘ ਦੀ ਵਿਚਾਰਧਾਰਾ ਦੇ ਨੂੰ ਮੰਨਦੇ ਆ ਹਾਂ ਭਗਤ ਸਿੰਘ ਦੀ ਵਿਚਾਰਧਾਰਾ ਤੇ ਖੜ ਕੇ ਚੱਲਦੇ ਆ ਉਹ ਵਿਚਾਰ ਨੇ ਜਿਹੜੇ ਉਹਨਾਂ ਨੂੰ ਅਸੀਂ ਐਡਾਪਟ ਕਰਦੇ ਆ ਉਹ ਉਹਨਾਂ ਦੇ ਉਹਨਾਂ ਦੀਆਂ ਲਿਖਤਾਂ ਪੜ੍ਹਦੇ ਆ ਅਸੀਂ ਹਾਂ ਕੋਈ ਕਹਿ ਸਕਦਾ ਵੀ ਤੁਸੀਂ ਫਿਰ ਅਸੀਂ ਐ ਕਿਉਂ ਨਹੀਂ ਕਹਿ ਸਕਦੇ ਜੇ ਅਸੀਂ ਮਾਰਕਸ ਲੈ ਲੈਂਦੀਆਂ ਲਿਖਤਾਂ ਨੂੰ ਵੀ ਅਸੀਂ ਮੰਨਦੇ ਆ ਸਾਨੂੰ ਕੀ ਪਵੰਦੀ ਹੈ ਕਿਸੇ ਦੇ ਕੋਈ ਇਸ ਗੱਲ ਦੇ ਰੋਕਣ ਦੀ ਕਹੇਦੇ ਵੀ ਸਾਨੂੰ ਕੋਈ ਕਾਮਰੇਡ ਕਹੇਦੇ ਸਾਨੂੰ ਕੋਈ ਨਕਸਲਵਾੜੀਆ ਸਾਨੂੰ ਜਿਹੜੀ ਜੇ ਕੋਈ ਕਿਸੇ ਨੇ ਇਹ ਅਸੀਂ ਕਹੋਣਾ ਆ ਆ ਸਾਡੇ ਪਿੱਛੇ ਕੀ ਹੈ ਇਸ ਗੱਲ ਨੂੰ ਨਾ ਦੇਖੋ ਤੁਸੀਂ ਤੁਸੀਂ ਇਹ ਦੇਖੋ ਵੀ ਤੁਸੀਂ ਕਾਰ ਕੀ ਰਹੇ ਹੋ ਸੋਡੀਆਂ ਜਿਹੜੀ ਤੁਸੀਂ ਕਰ ਕੇ ਜਾ ਰਹੀ ਆ ਉਹ ਠੀਕ ਹੈ કે ਗਲਤ ਤੁਸੀਂ ਕੰਮ ਕੀ ਕਰ ਰਹੇ ਹੋ ਮੈਂ ਕੀ ਲੈਣਾ ਵੀ ਤੁਹਾਡਾ ਧਰਮ ਕੀ ਹੈ ਹੂੰ ਮੈਂ ਇਸ ਗੱਲ ਤੋਂ ਕੀ ਲੈਣਾ ਵੀ ਤੁਹਾਡੀ ਜਾਤ ਕੀ ਹੈ ਹੂੰ ਤੁਹਾਡਾ ਇਲਾਕਾ ਕੀ ਹੈ ਤੁਹਾਡੀ ਬੋਲੀ ਕੀ ਹੈ ਮੇਰੇ ਇਸ ਗੱਲ ਨਾਲ ਕੀ ਮਤਲਬ ਤੁਸੀਂ ਮੈਂ ਤਾਂ ਮੇਰਾ ਇੱਕ ਮੁੱਦੇ ਦੇ ਤੇ ਤੁਸੀਂ ਜਦੋਂ ਮੇਰੇ ਨਾਲ ਖੜੇ ਹੋ ਦੱਸੋ ਤੁਸੀਂ ਚੱਲਣ ਦਾ ਕੰਮ ਇਹਦਾ ਤਰੀਕਾ ਕਰਤੀ ਹੈ ਤੁਹਾਡਾ ਤੁਸੀਂ ਕੰਮ ਕੀ ਕਰਦੇ ਹੋ ਆਪਾਂ ਨੂੰ ਇੱਥੋਂ ਪਰਖਣਾ ਚਾਹੀਦਾ ਆਪਾਂ ਨੂੰ ਪੇੜ ਨਹੀਂ ਖੜਨੇ ਚਾਹੀਦੇ ਆਪਾਂ ਨੂੰ ਅੰਬ ਦੇਖਣੇ ਚਾਹੀਦੇ ਨੇ ਦਿੰਦੇ ਨੇ ਕਿ ਨਹੀਂ ਦਿੰਦੇ ਪਰ ਬਹੁਤ ਲੋਕੀ ਵੀ ਕਹਿੰਦੇ ਨੇ ਵੀ ਜੇ ਭਗਤ ਸਿੰਘ ਦੀ ਗੱਲ ਹੁੰਦੀ ਆ ਭਗਤ ਸਿੰਘ ਦੀ ਸੋਚ ਦੀ ਗੱਲ ਹੁੰਦੀ ਆ ਆਮ ਆਦਮੀ ਪਾਰਟੀ ਵੀ ਉਹੀ ਗੱਲ ਕਰਦੀ ਆ ਤੁਹਾਡੇ ਨਾਲ ਦੀ ਹੀ ਉਹ ਪੱਗ ਬੰਦਦੇ ਨੇ ਕੀ ਤੁਹਾਨੂੰ ਲੱਗਦਾਗਾ ਵੀ ਭਗਤ ਸਿੰਘ ਸਿਰਫ ਇੱਕ ਮੋਢੇ ਦੀ ਤਰ੍ਹਾਂ ਇਸਤੇਮਾਲ ਕੀਤੀ ਜਾਣ ਵਾਲੀ ਚੀਜ਼ ਆ ਵੀ ਉਹਦੀ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਚਲਾ ਰਹੇ ਹੋ ਤੁਹਾਡੀ ਜਥੇਬੰਦੀ ਉਹ ਵੀ ਕਹਿੰਦੇ ਵੀ ਅਸੀਂ ਉਹਦੀ ਸੋਚ ਤੇ ਚੱਲਦੇ ਹਾਂ ਤੁਸੀਂ ਵੀ ਕਹਿੰਦੇ ਹੋ ਕਿ ਫਰਕ ਹੈ ਦੇਖ ਲਓ ਵੀ ਉਹਦੀ ਸੋਚ ਤੇ ਚੱਲਦੇ ਨੇ ਭਗਤ ਸਿੰਘ ਦੀ ਸੋਚ ਤੇ ਪੱਗ ਬੰਨ ਕੇ ਭਗਤ ਸਿੰਘ ਬਣ ਕੇ ਚੱਲਦੇ ਨੇ ਕਦੇ ਜ਼ਿੰਮ ਭਗਮੰਤਬੰਦ ਦੇ ਮੁੱਲੋਂ ਮੂਹੋਂ ਸਾਮਰਾਜਵਾਦ ਮਰਦਾਵਾਦ ਦਾ ਨਾਅਰਾ ਸੁਣੇ ਇਨਕਲਾਬ ਜਿੰਦਾਬਾਦ ਕਹਿੰਦੇ ਨੇ ਸਾਰੇ ਇਨਕਲਾਬ ਅਧੂਰਾ ਹੈ ਇਨਕਲਾਬ ਦਾ ਮਤਲਬ ਤਬਦੀਲੀ ਹੂੰ ਤਬਦੀਲੀ ਹੋਗੀ ਤਬਦੀਲੀ ਨੇ ਕਰਨਾ ਕੀ ਹੈ ਸਾਮਰਾਜਵਾਦ ਮਰਦਾਬਾਦ ਭਗਤ ਸਿੰਘ ਦਾ ਮੁਕੰਮਲ ਨਾਰਾ ਤਾਂ ਇਹ ਬਣਦਾ ਹਾਂ ਇੱਕ ਤਬਦੀਲੀ ਕਰੋ ਜਿਹਦੇ ਨਾਲ ਸਰਮਾਇਅਦਾਰੀ ਸਿਸਟਮ ਦਾ ਖਾਤਮਾ ਹੋ ਜਾਏ ਭਗਤ ਸਿੰਘ ਦਾ ਨਾਰਾ ਇਹ ਕਹਿੰਦਾ ਹੂੰ ਤਬਦੀਲੀ ਤਾਂ ਹੋਗੀ ਸਿਸਟਮ ਦਾ ਖਾਤਮਾ ਹੋ ਗਿਆ ਸਾਮਰਾਜੀ ਸਿਸਟਮ ਦਾ ਖਾਤਮਾ ਹੋ ਗਿਆ ਇਹ ਨਹੀਂ ਹੋ ਰਿਹਾ ਤੁਹਾਨੂੰ ਅਗਰਾਹਾਂ ਸਾਹਿਬ ਲੱਗਦਾਗਾ ਵੀ ਚੀਜ਼ਾਂ ਕੁਝ ਬਦਲੀਆਂ ਗਈਆਂ ਨਵੀਂ ਪਾਰਟੀ ਆਈ ਆ ਉਹ ਕਹਿੰਦੇ ਆ ਵੀ ਅਸੀਂ ਬਦਲਾਅ ਕਰਾਂਗੇ ਵੱਡੇ ਵੱਡੇ ਐਲਾਨ ਹੋ ਰਹੇ ਨੇ ਚਲੋ ਹਾਲਾਂਕਿ ਮੈਂ ਇਹ ਟੌਪਿਕ ਪਿੱਛੋਂ ਛੇੜਦਾ ਸੀ ਪਹਿਲਾਂ ਆ ਗਈ ਗੱਲ ਵੀ ਚੀਜ਼ਾਂ ਬਦਲਦੀ ਉਹਨਾਂ ਨੂੰ ਮੌਕਾ ਦੇਣਾ ਮੌਕਾ ਦਿੱਤਾ ਉਹਨਾਂ ਨੂੰ ਲੋਕਾਂ ਨੂੰ ਵੀ ਮੌਕਾ ਬਿਲਕੁਲ ਬਿਲਕੁਲ ਮੌਕਾ ਦਿੱਤਾ ਉਹਨਾਂ ਨੂੰ ਬਦਲਣ ਦਾ ਮੌਕਾ ਦਿੱਤਾ ਸਾਡੀ ਬਕਾਇਦਾ ਸਮਝ ਸੋਚ ਹੈ ਅਸੀਂ ਸਮਝ ਕੇ ਬੋਲ ਰਹੇ ਹਾਂ ਹੁਣ ਅਸੀਂ ਕਹਿੰਦੇ ਵੀ ਉਹਨਾਂ ਨੂੰ ਮੌਕਾ ਦੇਵਾਂਗੇ ਮੌਕਾ ਦਿੱਤਾ ਫਿਆ ਹੂੰ ਅਸੀਂ ਉਹਨਾਂ ਦੇ ਖਿਲਾਫ ਕੋਈ ਪ੍ਰਦਰਸ਼ਨ ਨਹੀਂ ਕਰ ਰਹੇ। ਜੀ। ਅਸੀਂ ਤਾਂ ਜਿਹੜੀਆਂ ਪਿਛਲੀ ਸਰਕਾਰ ਨਾਲ ਸਾਡੀਆਂ ਮੰਗਾਂ ਖੜੀਆਂ ਸੀਗੀਆਂ ਉਹਨਾਂ ਤੇ ਸਟੈਂਡ ਕਰ ਰਹੇ ਆ। ਉਹ ਮੰਗਾਂ ਜਿਹੜੇ ਸਰਕਾਰ ਦੀਆਂ ਮੰਨੀਆਂ ਹੋਈਆਂ ਨੇ। ਉਹ ਪ੍ਰਸ਼ਾਸਨ ਨੇ ਲਾਗੂ ਕਰਨੇ ਨੇ। ਪ੍ਰਸ਼ਾਸਨ ਨਾਲ ਸਾਡੀ ਰੋਲੇ ਨੇ। ਉਹ ਕਿਵੇਂ ਲੰਬੀ ਦੇ ਵਿੱਚ ਗੱਲ ਖਿੱਚਤ ਹੋਈ ਆ ਤੁਸੀਂ ਦੇਖ ਕੇ ਆਏ ਹੋ। ਉੱਥੇ ਵੀ ਨਰਮੇ ਦੇ ਬਕਾਇਆ ਦਾ ਮੰਨੀ ਹੋਈ ਸਰਕਾਰ ਦੀ ਪਿਛਲੀ ਦੀ ਮੰਨੀ ਮੰਗਾ ਹੈ। ਭਗਵੰਤ ਮਾਨ ਨੇ ਵੀ ਕਿਹਾ ਮੈਂ ਮਾਨਸਾ ਦੇ ਵਿੱਚ ਨਰਮੇ ਦਾ ਮਾਮਲਾ ਦੇ ਆਇਆ। ਇੱਕ ਕਰਬ। ਹਾਂ। ਹਾਂਜੀ 1 ਕਰੋੜ ਰੁਪਈਆ ਮੈਂ ਦੇ ਆਇਆ ਉਹ ਮਾਮਜੇ ਜੀ ਮੰਗਾ ਜੀ ਨਰਮੇ ਜੀ ਸਾਡੀਆਂ ਖੜੀਆਂ ਨੇ ਉਹ ਜਿਹੜੀਆਂ ਪਿਛਲੀਆਂ ਤੇ ਖੜੀਆਂ ਆ ਅਗਲੀ ਸਰਕਾਰ ਦੇ ਬਾਰੇ ਤਾਜੀ ਅਸੀਂ ਕੋਈ ਸਟੈਪ ਅਸੀਂ ਚੱਕਿਆ ਨਹੀਂ ਅਸੀਂ ਤਾਂ ਦੇਖ ਰਹੇ ਹਾਂ ਵੀ ਉਹ ਕਿੱਧਰ ਨੂੰ ਜਾ ਰਹੇ ਨੇ ਕੀ ਤੁਹਾਨੂੰ ਲੱਗਦਾ ਵੀ ਭਗਤ ਸਿੰਘ ਦੀ ਸੋਚ ਤੇ ਜਾ ਰਹੇ ਨੇ ਦੇਖੋ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਭਗਤ ਸਿੰਘ ਦੀ ਸੋਚ ਦੇ ਤਾਂ ਨੇੜੇ ਤੇਰੇ ਵੀ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਜਾ ਸਕਦੇ ਉਹ ਅਸੀਂ ਤਾਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਜਿਹੜੀ ਉਹਨਾਂ ਨੇ ਦੇਖਣਾ ਕਿਉਂਕਿ ਉਹ ਬਹੁਤ ਵੱਡੀ ਗੱਲ ਹੈ ਉਹ ਤਾਂ ਹੁਣ ਅਸੀਂ ਵੀ ਭਗਤ ਸਿੰਘ ਦਾ ਨਾਹਰਾ ਮਾਰਦੇ ਹਾਂ ਅਸੀਂ ਭਗਤ ਸਿੰਘ ਦੇ ਰਾਹ ਤੇ ਚੱਲਣ ਦੇ ਦਾਅਵੇ ਵੀ ਕਰਦੇ ਹਾਂ ਅਜੇ ਤੱਕ ਤਾਂ ਸਾਡੇ ਕੋਲੋਂ ਨਹੀਂ ਪੂਰੀ ਸੂਰੀ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਣ ਦਾ ਪੰਦਰਾ ਅਖਤਿਆਰ ਹੋਇਆ ਇਹ ਅਜੇ ਤੱਕ ਤਾਂ ਅਸੀਂ ਨਹੀਂ ਉਹਦੇ ਰਸਤਿਆਂ ਨੂੰ ਰਾਹ ਨੂੰ ਪੂਰੀ ਤਰ੍ਹਾਂ ਅਪਣਾ ਸਕਿਆ ਸਾਡਾ ਕੇਡਰ ਨਹੀਂ ਪੂਰੀ ਤਰ੍ਹਾਂ ਅਪਣਾ ਸਕਿਆ ਮੰਮੀ ਠੀਕ ਹੈ ਸਾਡਾ ਪ੍ਰਚਾਰ ਹੈ ਅਸੀਂ ਉਸ ਲੈਂਡ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਉਸ ਰਾਹਾਂ ਤੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦਾ ਤੇ ਰਾਹ ਨਾਲੇ ਰਾਜਨੀਤੀ ਕੀਤੀ ਹੋਈ ਹੈ ਉਹ ਸੰਵਿਧਾਨ ਦੇ ਵਿੱਚ ਦੇ ਘੇਰੇ ਚ ਰਹਿ ਕੇ ਕੰਮ ਕਰਨ ਦੀ ਗੱਲ ਕੀਤੀ ਹੋਈ ਹੈ ਇਸ ਕਰਕੇ ਕਈ ਜਗ੍ਹਾ ਤੇ ਤਾਂ ਹੁਣ ਇਹ ਹੈ ਵੀ ਸਾਨੂੰ ਤਾਂ ਕਈ ਦੇ ਕਾਨੂੰਨ ਲੰਘ ਕੇ ਵੀ ਅੱਗੇ ਚੰਗਣਾ ਪੈਂਦਾ ਹੂੰ ਉਹ ਸੰਵਿਧਾਨ ਤਾਂ ਕਹਿੰਦਾ ਨਹੀਂ ਵੀ ਤੁਸੀਂ ਕਈ ਦੇ ਕਾਨੂੰਨ ਲੰਘੋ ਹੂੰ ਇਸ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਾਂ ਗੱਲ ਬਹੁਤ ਦੂਰ ਦੀ ਗੱਲ ਹੈ ਇਹ ਕਾਣੀ ਵੰਡ ਖਤਮ ਕਰਨਾ ਬਰਾਬਰੀ ਦਾ ਰਾਜ ਸਥਾਪਿਤ ਕਰਨਾ ਬਹੁਤ ਵੱਡੀਆਂ ਗੱਲਾਂ ਪੰਜਾਬ ਦੇ ਵਿੱਚ ਜਿਹੜੀ ਨਵੀਂ ਸਰਕਾਰ ਬਣੀ ਆ 6-7 ਵੱਡੇ ਐਲਾਨ ਹੋ ਗਏ ਜੇ ਆਪਾਂ ਕੁਝ ਕਲਾਨਾ ਦੀ ਗੱਲ ਕਰ ਲਈ ਇੱਕ ਪਾਸੇ 25000 ਨੌਕਰੀਆਂ ਦਾ ਐਲਾਨ ਹੋਇਆ ਪਹਿਲੀ ਵਾਰ ਹੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ 35000 ਮੁਲਾਜ਼ਮ ਜਿਹੜੇ ਕੱਚੇ ਸੀ ਉਹਨਾਂ ਨੂੰ ਪੱਕੇ ਕਰਨ ਦਾ ਐਲਾਨ ਹੋਇਆ ਡੋਰ ਟੂ ਡੋਰ ਰਾਸ਼ਨ ਦਾ ਐਲਾਨ ਹੋਇਆ ਕਰਪਸ਼ਨ ਫ੍ਰੀ ਲਈ ਉਹ ਟੋਲ ਫ੍ਰੀ ਇੱਕ ਨੰਬਰ ਜਾਰੀ ਕੀਤਾ ਗਿਆ ਵੀ ਐਂਟੀ ਕਰਪਸ਼ਨ ਮੂਵਮੈਂਟ ਇੱਕ ਚਲਾਈ ਗਈ ਜਿਹੜੀਆਂ ਇਹ ਚੀਜ਼ਾਂ ਆ ਗਈਆਂ ਤੁਹਾਨੂੰ ਲੱਗਦਾ ਵੀ ਬਿਹਤਰੀ ਵੱਲ ਜਾਣਗੀਆਂ ਪਹਿਲਾ ਸਟੈਪ ਵਧੀਆ ਚੱਕਿਆ ਜੇ ਕੋਈ ਇਹ ਜੇ ਕਰ ਦਿੰਦੇ ਨੇ ਤਾਂ ਬਹੁਤ ਚੰਗੀ ਗੱਲ ਹੈ ਹੂੰ ਪਰ ਮੇਰੀ ਇਹਨਾਂ ਨੂੰ ਇਹ ਸਲਾਹ ਹੈ ਵੀ ਤੁਸੀਂ ਇੱਕ ਕਦਮ ਉਹਨਾਂ ਕੀ ਚੱਕੋ ਜਿੰਨਾ ਕਿ ਤੁਹਾਡੇ ਕੋਲ ਪੂਰਾ ਹੋ ਜੇ ਹੂੰ ਤੁਸੀਂ ਕਰਪਸ਼ਨ ਹੈ ਇਹ ਤੇ ਕੋਈ ਪੈਸਾ ਨਹੀਂ ਲੱਗਦਾ ਖਤਮ ਕਰ ਸਕਦੇ ਹੋ ਅਫਸਰਾਂ ਨੂੰ ਹੁਕਮ ਚਾੜ੍ਹਦੇ ਨੇ ਹੂੰ ਰੇਤ ਮਾਫੀਆ ਹੈ ਹੂੰ ਉਹਦੇ ਚ ਕਿੰਨਾ ਪੈਸਾ ਵੀ ਜੀ ਨਿੱਜੀ ਮਾਲਕ ਲਈ ਜਾਂਦੇ ਲੁੱਟ ਸੁੱਟ ਕਰਕੇ ਹਾਂ ਉਹਨੂੰ ਤੁਸੀਂ ਰੋਕ ਸਕਦੇ ਹੋ ਉਹਦੇ ਨਾਲ ਖਜ਼ਾਨੇ ਦੇ ਚੋਰ ਮੋਰੀਆਂ ਭਰ ਸਕਦੇ ਹੋ ਤੁਸੀਂ ਹੂੰ ਤੁਸੀਂ ਆਹ ਨਸ਼ੇ ਦੀਆਂ ਖਤਮਾ ਕਰ ਸਕਦੇ ਹੋ ਇਹ ਤੇ ਕੋਈ ਇਕਨੋਮੀ ਦਾ ਖਰਚ ਨਹੀਂ ਹੁੰਦਾ ਬਹੁਤਾ ਬੇਰਜ਼ਗਾਰੀ ਵਾਲਾ ਮਸਲਾ ਜਿਹੜਾ ਇਸ਼ੂ ਵੱਡਾ ਹੈ ਜੇ ਤੁਸੀਂ ਉਹਨੂੰ ਹੱਥ ਪਾਇਆ ਤਾਂ ਹੱਥ ਨੂੰ ਪਾ ਕੇ ਕਿੱਧਰੋਂ ਹੱਥ ਪਾ ਕੇ ਕਿੱਥੇ ਤੱਕ ਲੈ ਕੇ ਜਾਓ ਚੰਗੀ ਗੱਲ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਵਧੀਆ ਗੱਲਾਂ ਨੇ ਚੰਗੇ ਇਸ਼ੂਆਂ ਨੂੰ ਅਸੀਂ ਕੀ ਸਾਰੇ ਲੋਕੀ ਚੰਗੇ ਕਹਿਣਗੇ ਪਹਿਲੀ ਸਰਕਾਰ ਨਾਲੋਂ ਦੂਜੀ ਸਰਕਾਰ ਆਈ ਜਿਹੜੀ ਸਰਕਾਰ ਹੈ ਇਹਦਾ ਕੁਝ ਫਰਕ ਦਿਖੂਗਾ ਜੇ ਤਾਂ ਲੋਕ ਫੈਸਲਾ ਪਹਿਲਾਂ ਵੀ ਲੋਕਾਂ ਨੇ ਫੈਸਲਾ ਕੀਤਾ ਹੁਣ ਵੀ ਲੋਕ ਫੈਸਲਾ ਕਰ ਲੈਣਗੇ ਪ੍ਰੈਸ਼ਰ ਤਾਂ ਬਹੁਤ ਹੋਣਾਗਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਉੱਤੇ ਖਾਸ ਕਰਕੇ ਜੇ ਤੁਹਾਡੀਆਂ ਜਥੇਬੰਦੀ ਦਾ ਬਹੁਤ ਨਾਮ ਬੋਲਿਆ ਜਾਂਦਾਗਾ ਵੱਡੀਆਂ ਵੱਡੀਆਂ ਮੀਟਿੰਗਾਂ 'ਚ ਡਿਸਕਸ ਕਰਦੇ ਸਰਕਾਰ ਨੂੰ ਚਿੰਤਾ ਵੀ ਰਹਿੰਦੀ ਆ ਹੁਣ ਤਾਂ ਖਜ਼ਾਨਾ ਮੰਤਰੀ ਵੀ ਛੋਡੇ ਹਲਕੇ ਦੇ ਨੇ ਮੁੱਖ ਮੰਤਰੀ ਦਾ ਪੈਨ ਵੀ ਛੋਡੇ ਹਲਕੇ ਚ ਪ੍ਰੈਸ਼ਰ ਦੁੱਗਣਾ ਤਿੱਗਣਾ ਹੋ ਨਹੀਂ ਅਸੀਂ ਮਿਲਾਂਗੇ ਉਹਨਾਂ ਨੂੰ ਅਸੀਂ ਮਿਲਾਂਗੇ ਅਸੀਂ ਨਹੀਂ ਸੋਚਾਂਗੇ ਅਸੀਂ ਬਣਾ ਰਹੇ ਹਾਂ ਪਸਕੀਮ ਹਾਂ ਅਸੀਂ ਲੈ ਕੇ ਜਾਵਾਂਗੇ ਆਪਦਾ ਪ੍ਰੋਗਰਾਮ ਲੈ ਕੇ ਜਾਵਾਂਗੇ ਸਰਕਾਰ ਅੱਗੇ ਰੱਖਾਂਗੇ ਆ ਛੋਡੇ ਮੁਰੇ ਚੰਦੋਤੀਆਂ ਦੇ ਹੂੰ ਤੁਹਾਨੂੰ ਸਰਕਾਰ ਲੋਕਾਂ ਨੇ ਬਹੁਤ ਮਾਤਾ ਦਿੱਤਾ ਹੈ ਆ ਮੰਗਾ ਨੇ ਤੁਹਾਨੂੰ ਆ ਤੁਹਾਡੇ ਬਾਧੇ ਆ ਹਾਂ ਦੱਸੋ ਇਹਨਾਂ ਨੂੰ ਕਦੋਂ ਤੱਕ ਕਿੰਨੇ ਚਿਰ ਤੱਕ ਤੁਸੀਂ ਕਿਵੇਂ ਪੂਰਾ ਕਰਦੇ ਹੋ ਅਸੀਂ ਉਹ ਗੱਲਾਂ ਇਹਨਾਂ ਦੇ ਸਾਹਮਣੇ ਰੱਖਾਂਗੇ ਤੇ ਨਾਲ ਕਹਿ ਕੇ ਵੀ ਆਵੇਂ ਪਾਈ ਫਿਰ ਅਸੀਂ ਆਵਾਂਗੇ ਤੁਹਾਡੇ ਖਿਲਾਫ ਇਹ ਕਹਿ ਕੇ ਵੀ ਆਵਾਂ ਇੱਕ ਪਿੰਡਾਂ ਦੇ ਵਿੱਚ ਇਹ ਵੀ ਚਰਚਾ ਗਈ ਕੋਈ ਲੋਕ ਮੈਂ ਸੀ ਸੁਣਿਆਗਾ ਮੈਂ ਕੱਲ ਪਰਸੋਂ ਕਿਸੇ ਬੰਦਿਆਂ ਕੋਲੇ ਬੈਠਾ ਸੀ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਦੂਜੇ ਪਾਸੇ ਤੁਹਾਡੀ ਜਥੇਬੰਦੀ ਦੇ ਇੱਕ ਦੋ ਬੰਦੇ ਸੀਗੇ ਹਾਲਾਂਕਿ ਉਹ ਇਕੱਲੇ ਮੈਂਬਰ ਨੇ ਉਵੇਂ ਐਕਟਿਵ ਨਹੀਂ ਉਹ ਕਹਿ ਰਹੇ ਸੀ ਵੀ 2 ਮਹੀਨੇ ਦਿੱਤੇ ਵਿਆਗਰਾਹਾ ਸਾਹਿਬ ਨੇ ਵੀ 2 ਮਹੀਨੇ ਬਾਅਦ ਫਿਰ ਕਮ ਔਖਾ ਹੋਣ ਵਾਲਾ ਦਿੱਤੇ ਰਿਆ ਦੇਖੋ ਇਸ ਤਰ੍ਹਾਂ ਦਾ ਐਂ ਤਾਂ ਪੀਰੀਅਡ ਤੇ ਕੋਈ ਐ ਮਿੱਥ ਕੇ ਕਿਹਾ ਹੋਵੇ 2 ਮਹੀਨੇ ਦਿੱਤੇ ਆ ਉਹਨਾਂ ਨੂੰ ਕਿੱਥੋਂ ਇਹ ਗੱਲ ਦੀ ਪਣਕ ਪਈ ਆ ਇਹ ਤਾਂ ਨਹੀਂ ਅਜੇ ਪਰ ਐਂ ਜ਼ਰੂਰ ਆ ਵੀ ਹਾਂ ਦਿਓ ਸਮਾਂ ਹਾਂ ਸਮਾਂ ਦਿਓ ਸਾਡੇ ਵਾਸਤੇ ਵੀ ਕੁਝ ਇਹ ਜਤੇ ਬੰਦਕ ਕੰਮ ਕਰਨ ਵਾਲੇ ਪਏ ਆ ਸਾਡੇ ਵੀ ਤੇ ਅਸੀਂ ਉਹਨਾਂ ਨੂੰ ਵੀ ਇਸ ਤਰ੍ਹਾਂ ਕਹਿ ਨਹੀਂ ਸਕਦੇ ਕਿਉਂਕਿ ਬਹੁਤ ਵੱਡੀ ਗਿਣਤੀ ਨੇ ਵੋਟਾਂ ਦਿੱਤੀਆਂ ਨੇ ਉਹ ਇਕੱਲੇ ਸਾਡੇ ਤਾਂ ਹੈ ਨਹੀਂ ਐਡੀ ਵੱਡੀ ਪਰਸੈਂਟੇਜ ਉਹਨਾਂ ਨੂੰ ਵੋਟਾਂ ਦੀ ਮਿਲੀ ਹੋਈ ਹੈ ਉਹਨਾਂ ਲੋਕਾਂ ਦੀ ਆਸਾਂ ਤਾਂ ਉਹਨਾਂ ਤੇ ਵੱਜੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਤੇ ਸਵਾਲ ਕਿਉਂ ਚੱਕਣ ਦੇਈਏ ਆਪਣੇ ਆਪ ਤੇ ਵੀ ਬਾਈ ਤੁਸੀਂ ਕੁਝ ਦੇਖਿਆ ਤਾਂ ਹੈ ਨਹੀਂ ਦੇਖ ਤਾਂ ਲੈਂਦੇ ਇਹਨਾਂ ਨੂੰ ਅਸੀਂ ਵੀ ਤੁਸੀਂ ਉਹਨਾਂ ਦੇ ਕੰਮ 'ਚ ਕੋਈ ਜਿਹਾ ਡਿੱਕਾ ਨਹੀਂ ਬਣਦੇ ਅਸੀਂ ਦੇਵਾਂਗੇ ਮੌਕਾ ਅਸੀਂ ਪ੍ਰਕਾਸ਼ ਸਿੰਘ ਬਾਦਲ ਮੰਗਦਾ ਹੁੰਦਾ ਸੀ ਸਾਨੂੰ ਮੈਨੂੰ ਇੱਕ ਸਾਲ ਤਾਂ ਦੇ ਦਿਓ ਅਸੀਂ ਕਹੇ ਵੀ ਸਾਲ ਤਾਂ ਤੁਹਾਨੂੰ ਮਿਲ ਜੂ ਪਰ ਕਦੋਂ ਤਾਂ ਸਹੀ ਕੁਝ ਹਾਂ ਕਰਨਾ ਰਹਾ ਤਾਂ ਆਪਣੋ ਇਸ ਕਰਕੇ ਐ ਤਾਂ ਨਹੀਂ ਹੈ ਅਸੀਂ ਵੀ ਐ ਆਏ ਉਹਨਾਂ ਦੇ ਗੱਲ ਪੈਂਦੇ ਫਿਰਾਂਗੇ ਹਾਂ ਕੱਲ ਕੱਲ ਨੂੰ ਕੋਈ ਭੱਖ ਦਾ ਇਸ਼ੂ ਆ ਗਿਆ ਫਰਜ ਕਰ ਲੋ ਆ ਕੱਲ ਨੂੰ ਕਣਕ ਦੀ ਵਿਕਰੀ ਹੈ ਇਹਦੇ ਵਿੱਚ ਕੋਈ ਦਿੱਕਤ ਆ ਗਈਆਂ ਇਹ ਵਿਕਰੀ درست ਨਹੀਂ ਹੁੰਦੀ ਉਹ ਤਾਂ ਸਾਨੂੰ ਬੋਲਣਾ ਹੀ ਪਾਣਾ ਕਿਸਾਨਾਂ ਦੀ ਮੰਗ ਹੈ ਜਿਹੜੀਆਂ ਦਿੱਕਤਾਂ ਆਉਣਗੀਆਂ ਫੌਰੀ ਉਹ ਸਰਕਾਰ ਜ਼ਿੰਮੇਵਾਰ ਹੈਗੀ ਹੈ ਅਸੀਂ ਜਨਤਕ ਜਥੇਬੰਦੀਆਂ ਸਾਨੂੰ ਤਾਂ ਉਹ ਬੋਲਣਾ ਹੀ ਪਊਗਾ ਵੀ ਭਾਈ ਖਰੀਦੋ ਇਹਨਾਂ ਨੂੰ ਕੱਲ ਨੂੰ ਬਿਜਲੀ ਦੀ ਸਪਲਾਈ ਹੈ ਉਦੋਂ ਕੋਈ ਦਿੱਕਤ ਪੈ ਜਾਂਦੀ ਹੈ ਪਾਣੀ ਦੀ ਨਹਿਰੀ ਪਾਣੀ ਦੀ ਸਪਲਾਈ ਦੀ ਕੋਈ ਦਿੱਕਤ ਪੈਂਦੀ ਹੈ ਬੀਜਾਂ ਦੀ ਕੋਈ ਦਿੱਕਤ ਪੈਂਦੀ ਹੈ ਕੋਈ ਡੀਏਪੀ ਜੁਰੀਏ ਦੀ ਸ਼ਾਰਟ ਪੈ ਜਾਂਦੀ ਹੈ ਉਦੋਂ ਤਾਂ ਫਿਰ ਹੁਣ ਇਹਨਾਂ ਗੱਲਾਂ ਤਾਂ ਰੱਦ ਸਾਨੂੰ ਐਕਟਿਵ ਹੋਣਾ ਹੀ ਪਊਗਾ ਪਰ ਅਸੀਂ ਹਾਂ ਸਰਕਾਰ ਨੂੰ ਚੌਕਸ ਕਰਨ ਵਾਸਤੇ ਅਸੀਂ ਹਰ ਵੇਲੇ ਅਵੇਸਲੇ ਕਦੇ ਨਹੀਂ ਹੁੰਦੇ ਸਮਝਦੇ ਹੋ ਵੀ ਰਾਜਨੀਤੀ ਬਦਲ ਗਈ ਕਦੇ ਸੋਚਿਆਗਾ ਵੀ ਜਗENDER ਸਾਹਿਬ ਵਾਕਿਆ ਹੀ ਰਾਜਨੀਤੀ ਹੁਣ ਬਦਲ ਗਈ ਕਿ ਨਹੀਂ ਦੇਖਣ ਦਾ ਤਰੀਕਾ ਬਦਲਿਆ ਰਾਜਨੀਤੀ ਨੂੰ ਨਹੀਂ ਕਹਿ ਸਕਦੇ ਬਦਲੀ ਲੋਕਾਂ ਦੇ ਵਿੱਚ ਇੱਕ ਗੱਲ ਬਦਲ ਗਈ ਵੀ ਲੋਕ ਤਬਦੀਲੀ ਕਰਨਾ ਸਿੱਖ ਗਏ ਹਾਂ ਤਬਦੀਲੀ ਵਾਲੀ ਭਾਵਨਾ ਲੋਕਾਂ ਦੇ ਮਨਾਂ 'ਚ ਘਰ ਘਰ ਗਈ ਵੀ ਬਦਲ ਚਾਹੀਦਾ ਹੈ ਰਵਾਇਤੀ ਪਾਰਟੀਆਂ ਤੋਂ ਖੜਾ ਛਡਾ ਕੇ ਕਿਸੇ ਨਵੀਂ ਪਾਰਟੀ ਨੂੰ ਥਾਂ ਦੇਣ ਵਾਲਾ ਜਿਹੜਾ ਭਾਵਨਾ ਲੋਕਾਂ ਦੇ ਵਿੱਚ ਜਾਗੀ ਹੈ ਇਹ ਪੋਜ਼ਿਟਿਵ ਹੈ ਹੁਣ ਜਿਹੜੇ ਇੱਕ ਗੰਭੀਰ ਮੁੱਦੇ ਨੇ ਕਈ ਬੜੇ ਗੰਭੀਰ ਮੁੱਦੇ ਨੇ ਬਹੁਤ ਜ਼ਿਆਦਾ ਗੰਭੀਰ ਮੁੱਦੇ ਨੇ ਹਾਕੜਾ ਨਗਰ ਦਾ ਮੁੱਦਾ ਗਾ ਬੀਬੀਐਮ ਬੋਰਡ ਦਾ ਚੰਡੀਗੜ੍ਹ ਦਾ ਮੁੱਦਾ ਗਾ ਬਹੁਤ ਗੰਭੀਰ ਮੁੱਦਾ ਗਾ ਮਾਂ ਬੋਲੀ ਦਾ ਮੁੱਦਾ ਗਾ ਹੁਣ ਇੱਕ ਜਿਹੜਾ ਹੋਰ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਕੋਈ ਸਿੱਧੇ ਰੂਪ ਤੇ ਜੁੜਿਆ ਕੋਈ ਸਿੱਧੇ ਰੂਪ ਤੇ ਜੁੜਿਆ ਗਾ ਇੱਕ ਜਿਹੜਾ ਚਿਪਾ ਵਾਲੇ ਮੀਟਰਾਂ ਦੀ ਗੱਲ ਚੱਲ ਪਈ ਇਹ ਹੋ ਗਿਆ ਐਸਵਾਈਐਲ ਦਾ ਮੁੱਦਾ ਪਾਣੀ ਵਾਲਾ ਮੁੱਦਾ ਇਹਦੇ ਬਾਰੇ ਕੀ ਆ ਕੋਈ ਸਟ੍ਰੈਟਜੀ ਹੈ ਵੀ ਹਾਂ ਵੀ ਚੰਡੀਗੜ੍ਹ ਦੇ ਵਿੱਚ ਜੇ ਅਸੀਂ ਗੱਲ ਕਰਦੇ ਆਂ ਚੰਡੀਗੜ੍ਹ ਦੇ ਵਿੱਚ ਕੁਝ ਹੋਰ ਹੋਣ ਵਾਲਾਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਵੀ ਕਿਵੇਂ ਚੱਲੂ ਇਹ ਸਿਸਟਮ ਇਹ ਈਡੀਆ ਸਾਰੀਆਂ ਗੱਲਾਂ ਤੁਸੀਂ ਪਿੱਛੇ ਗਿਣਾ ਕੇ ਗਏ ਹੋ ਇਹ ਕੇਂਦਰ ਸਰਕਾਰ ਦੇ ਹੱਥ ਜਨੇ ਬਹੁਤੀਆਂ ਇਹ ਗੱਲ ਠੀਕ ਹੈ ਵੀ ਕੇਂਦਰ ਆ ਜਿਹੜਾ ਸਟੇਟਾਂ ਦੇ ਅਧਿਕਾਰਾਂ ਤੇ ਕਬਜ਼ਾ ਕਰਨ ਤੇ ਦਿੱਤਾ ਹੋਇਆ ਸਟੇਟਾਂ ਕੋਲੋਂ ਅਧਿਕਾਰ ਲੈ ਕੇ ਜਿਵੇਂ ਬਿਜਲੀ ਬਿੱਲ 2020 ਦੇ ਤਹਿਤ ਭਾਗੜਾ ਮਨੇਜਮੈਂਟ ਤੇ ਕੰਟਰੋਲ ਕਰਨਾ ਜੀ ਪੈਰੀਮੀਟਰ ਲਵਾਉਣ ਦੀ ਗੱਲ ਕਰਨਾ ਜਿਹੜੇ ਚੰਡੀਗੜ੍ਹ ਦੇ ਵਿੱਚ ਕੇਂਦਰ ਨੂੰ ਆਪਣਾ ਕਬਜ਼ਾ ਕਰਨਾ ਕੇਂਦਰ ਨੇ ਉਹਦੇ ਚੋਂ ਇਹਦੀ ਹਰਿਆਣੇ ਤੇ ਪੰਜਾਬ ਨੂੰ ਬਾਹਰ ਕਰ ਦੇਣਾ ਯਾਨੀ ਕਿਸਮ ਦੀਆਂ ਇਹ ਗੱਲਾਂ ਨੇ ਵੀ ਰਾਜਾਂ ਤੇ ਕੇਂਦਰ ਇਹ ਹੈ ਵੀ ਰਾਜਾਂ ਦੇ ਅਧਿਕਾਰ ਖੋ ਕੇ ਕੇਂਦਰ ਆਪਣੀ ਮੁੱਠੀ 'ਚ ਰੱਖਣਾ ਚਾਹੁੰਦਾ ਹੈ। ਯਾਨੀ ਕਿ ਇਹ ਉਹਦੀ ਕੇਂਦਰ ਦੀ ਭਾਵਨਾ ਜਿਹੜੀ ਗਲਤ ਭਾਵਨਾ ਹੈ ਯਾਨੀ ਮਨਮੈਂ ਨਾ ਬਾਨ ਪਾਵਰ ਉਹ ਗੱਲ ਨੂੰ ਇੱਧਰ ਨੂੰ ਜਾ ਰਹੀ ਹੈ ਗੱਲ ਨਾ ਇਹ ਠੀਕ ਨਹੀਂ ਹੈ ਇਹ ਜੀ ਨਿੰਦਿਆ ਕਰਦੇ ਆ ਤੇ ਜਿਹੜੇ ਰਾਜਾਂ ਦੇ ਅਧਿਕਾਰ ਨੇ ਰਾਜਾਂ ਤਾਂ ਸਭ ਨੂੰ ਹੋਰ ਅਧਿਕਾਰਾਂ ਦੀ ਜਰੂਰਤ ਹੈਗੀ ਆਪਣੇ ਤੌਰ ਤੇ ਫੈਸਲੇ ਲੈਣ ਦੇ ਹੋਣੇ ਚਾਹੀਦੇ ਨੇ ਉਹ ਇਹ ਘੇਰੇ ਨੂੰ ਸੀਮਿਤ ਕਰ ਰਿਹਾ ਹੈ ਉਹ ਇੱਕ ਤੱਕਾ ਹੈ ਅਸੀਂ ਮੰਨਦੇ ਹਾਂ ਮੇਰੇ ਇੱਕ ਗੱਲ ਯਾਦ ਆ ਗਈ ਰਾਜੇ왈 ਸਾਹਿਬ ਦੀ ਉਹ ਕਹਿੰਦੇ ਸੀ ਵੀ ਲੈਸਰੀਵਲ ਚੁਣਨਗੇ ਲੋਕ ਤੁਹਾਨੂੰ ਲੱਗਦਾ ਲੋਕਾਂ ਨੇ ਲੈਸਰੀਵਲ ਚੁਣ ਲਿਆ ਦੇਖੋ ਹੁਣ ਕੀ ਲੋਕਾਂ ਨੇ ਚੁਣ ਲਿਆ ਤਾਂ ਲੋਕਾਂ ਦੇ ਚੁਣੇ ਹੋਏ ਨੂੰ ਤੇ ਅਸੀਂ ਕੀ ਟਿੱਪਣੀ ਕਰੀਏ ਸਮੇਂ ਤੋਂ ਪਹਿਲਾਂ ਕੋਈ ਟਿੱਪਣੀ ਕਰਨ ਦਾ ਫਾਇਦਾ ਨਹੀਂ ਪਰ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਸਿਸਟਮ ਹੈਗਾ ਸਰਮਾਇਅਦਾਰੀ ਪ੍ਰਬੰਧ ਹੈ ਇਸ ਪ੍ਰਬੰਧ ਦੇ ਵਿੱਚ ਰਾਜੇਵਾਲ ਨੂੰ ਵੀ ਸੁਣ ਜੇ ਚੁਣ ਲੈਂਦੇ ਤਾਂ ਵੀ ਇਹ ਇਹੀ ਕੁਝ ਹੋਣਾ ਸੀ ਜੋ ਕੁਝ ਹੁਣ ਹੋ ਰਿਹਾ ਹੈ ਕਿ ਮੈਂ ਦੇਖਿਆ ਰਾਜੇਵਾਲ ਸਾਹਿਬ ਦਾ ਪੁੱਖ ਜਾਂ ਰਾਜੇਵਾਲ ਸਾਹਿਬ ਨੇ ਜੋ ਚੀਜ਼ કરી ਸਹੀ કરી ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਤੇ ਮੈਂ ਸਮਝਦਾ ਵੀ ਰਾਜੇਵਾਲ ਸਾਹਿਬ ਜੇ ਇੱਕ ਗਲਤੀ ਹੋ ਕੇ ਵੀ ਬੰਦਾ ਉਸ ਗਲਤੀ ਤੋਂ ਕੋਈ ਸਬਕ ਨਾ ਲਵੇ ਹੂੰ ਫਿਰ ਉਹ ਠੀਕ ਉਹਨੇ ਨਹੀਂ ਠੀਕ ਫੈਸਲਾ ਨਹੀਂ ਕੀਤਾ ਹੁੰਦਾ ਉਹਨੇ ਠੀਕ ਹੈ ਉਹਨਾਂ ਨੂੰ ਠੀਕ ਲੱਗਿਆ ਜੋ ਫੈਸਲਾ ਉਹਨਾਂ ਨੇ ਇਹ ਫੈਸਲੇ ਤੋਂ ਦੇਖਤਾ ਲਿਆ ਵੀ ਜਿਹੜੇ ਲੋਕ ਸੋਨੂੰ ਤਲਾਸਾ ਦਵਾਉਂਦੇ ਸੀਗੇ ਵੀ ਤੁਸੀਂ ਚੋਣ ਲੜੋ ਉਹ ਜਿਹੜੇ ਕਹਿੰਦੇ ਸੀਗੇ ਵੀ ਤੁਹਾਨੂੰ ਕਹਿੰਦੇ ਉਹਨਾਂ ਦਾ ਕਹਿਣਾ ਆਪਣਾ ਵੀ ਸਾਡੇ ਜਨਤਾ ਦਾ ਬੜਾ ਦਬਾਅ ਸੀ ਹੂੰ ਵੀ ਉਹ ਜਨਤਾ ਦੇ ਦਬਾਅ ਨੇ ਫਿਰ ਤੁਹਾਨੂੰ 4600 ਵੋਟਾਂ ਤੱਕ ਕੀਮਤ ਕਿਉਂ ਕਰਤਾ ਹੂੰ ਜੇ ਇੱਕ ਲੀਡਰ ਦੂਰੰਦੇਸ਼ੀ ਹੋਣਾ ਚਾਹੀਦਾ ਹੈ ਉਹਨੂੰ ਦੂਰ ਤੱਕ ਦਾ ਪਤਾ ਹੋਣਾ ਚਾਹੀਦਾ ਵੀ ਇਹ ਖੇਡ ਕੀ ਹੈ ਜਿਹੜੀ ਖੇਡ ਚ ਅਸੀਂ ਇਸ ਦਾ ਰਹਿ ਰਹੇ ਹੂੰ ਮੈਂ ਹੁਣ ਕਬੱਡੀ ਕਬੱਡੀ ਦਾ ਖਿਡਾਰੀ ਹਾਂ ਹੂੰ ਬਹੁਤ ਵਧੀਆ ਪਲੇਅਰ ਹਾਂ ਕੱਲ ਨੂੰ ਮੈਨੂੰ ਬੱਲਾ ਪੜ ਬੈਟ ਪੜਾ ਦੋ ਵੀਜਾ ਕ੍ਰਿਕਟ ਖੇਡਾ ਹੂੰ ਮੇਰੇ ਤੋਂ ਨਹੀਂ ਖੇਡੀ ਜਾਣੀ ਹੂੰ ਮੈਨੂੰ ਜਨਤਕ ਜਥੇਬੰਦੀ ਜਿਹੋ ਜਿਹਾ ਕੰਮ ਕਰਨਾ ਆਉਂਦਾ ਮੈਂ ਪੋਲਿਟਿਕਲ ਪਾਰਟੀ ਸ਼ਾ ਦੇ ਵਿੱਚ ਕੰਮ ਨਾ ਕਰ ਸਕਾਂ ਹੂੰ ਇਸ ਕਰਕੇ ਮੈਨੂੰ ਲੱਗਦਾ ਵੀ ਰਾਜੇਵਾਲ ਸਾਹਿਬ ਬਹੁਤ ਸਿਆਣੇ ਐ ਮੈਂ ਤਾਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਜੀ ਫੇਸ ਚੋਣ ਲੜਨ ਦਾ ਤਦ ਅਧਿਕਾਰ ਹੈ ਹਰ ਇੱਕ ਨੂੰ ਹੂੰ ਲੜ ਕੇ ਦੇਖ ਲਿਆ ਉਹਨਾਂ ਨੇ ਬਹੁਤ ਕੁਝ ਦੇਖਿਆ ਹੋਊਗਾ ਸਿੱਖਿਆ ਹੋਊ ਹੁਣ ਵੀ ਉਹਨਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਇਧਰੋਂ ਵਾਪਸ ਆਣਾ ਚਾਹੀਦਾ ਦੇ ਸਯੁਕਤ ਮੋਰਚੇ ਦੀ ਗੱਲ ਕਰਦੇ ਆ ਉਹਦਾ ਹਿੱਸਾ ਹੋਣਗੇ ਕਿ ਨਹੀਂ ਜੇ ਉਹਦੋਂ ਵਾਪਸ ਆ ਜਾਂਦੇ ਨੇ ਕੋਈ ਪੋਜੀਟਿਵ ਗੱਲ ਹੁੰਦੀ ਹੈ ਸੰਯੁਕਤ ਮੋਰਚਾ ਦਾ ਵਿਚਾਰਨ ਵਾਸਤੇ ਤਿਆਰ ਹ ਹ ਲੋਕ ਅਕਸੈਪਟ ਕਰਨਗੇ ਉਹਨਾਂ ਨੂੰ ਤੇ ਚੜੂਨੀ ਸਾਹਿਬ ਨੂੰ ਦੇਖੋ ਲੋਕ ਕੀ ਐਕਸੈਪਟ ਕਰਦੇ ਨੇ ਕਿ ਨਹੀਂ ਕਰਦੇ ਲੋਕਾਂ ਦੀ ਭਾਵਨਾ ਮੁਤਾਬਕ ਕੋਈ ਕੰਟੇਰੀਆ ਜਿਹੜਾ ਜਥੇਬੰਦੀ ਸੰਯੁਕਤ ਮੋਰਚੇ ਦਾ ਕੰਟੇਰੀਆ ਹ ਕੰਟੇਰੀਆ ਦੇ ਵਿੱਚ ਕਿਸੇ ਨੂੰ ਮਰਜ਼ ਨਹੀਂ ਕੀਤਾ ਜਾਂਦਾ ਉਹ ਤਾਂ ਕੰਟੇਰੀਏ ਸ਼ਾਮਲ ਕੀਤਾ ਜਾਂਦਾ ਉਹ ਕੰਟੇਰੀਏ ਦੇ ਵਿੱਚ ਆ ਜਾਣਗੇ ਉਹਦੇ ਦਾਇਰੇ ਘੇਰੇ ਚ ਆ ਜਾਣਗੇ ਤਾਂ ਸ਼ਾਮਲ ਕਰਕੇ ਸਮਝਾਇਆ ਜਾਂਦਾ ਲੋਕਾਂ ਨੂੰ ਤਾਂ ਭਾਈ ਦੇਖੋ ਉਹ ਥਾਂ ਤਾਂ ਲੋਕਾਂ ਨੇ ਦੇਣੀਆਂ ਕਿਸੇ ਨੂੰ ਵੀ ਤੁਹਾਡੀ ਥਾਂ ਤੁਹਾਡੀ ਕਾਰਗੁਜ਼ਾਰੀ ਨੇ ਤੁਹਾਡੇ ਕੰਮਾਂ ਨੇ ਤੁਹਾਡੇ ਕੰਮ ਕਰਨ ਦੇ ਤਰੀਕੇ ਕਰਨੇ ਬਣਾਉਣੀਆਂ ਤੁਹਾਡਾ ਜਿਹੜੇ ਸਾਨੂੰ ਰਿਸਪਾਂਸ ਮਿਲਦਾ ਸਮਾਜ ਚੋਂ ਸਨਮਾਨ ਸਤਕਾਰ ਮਿਲਦਾ ਸਮਾਜ ਚੋਂ ਉਹ ਤੁਹਾਡੀ ਕਾਰਗੁਜ਼ਾਰੀ ਨਾਲ ਮਿਲਦਾ ਉਹ ਇਸ ਕਿਸਮ ਦਾ ਸਨਮਾਨ ਕਿਤੇ ਆਇਆ ਤਾਂ ਰੱਖਿਆ ਪਿਆ ਨਹੀਂ ਉਹ ਜਿਹੜਾ ਜਿਹਾ ਸਨਮਾਨ ਸਾਨੂੰ ਮਿਲਦਾ ਹਰ ਇੱਕ ਨੂੰ ਮਿਲੂਗਾ ਉਹ ਨਹੀਂ ਉਹੋ ਜਿਹੇ ਜੋ ਉਹ ਸਨਮਾਨ ਪ੍ਰਾਪਤ ਕਰਨਾ ਬੰਦੇ ਦੀ ਕਰਗਜਾ ਰਹੀ ਹੈ ਜੱਥੇ ਬੰਦੀ ਦਾ ਇੱਕ ਕੰਟੀਰੀਆ ਵੀ ਜੇ ਉਹ ਭਾਈ ਆ ਚੋਣਾ ਚੋਣ ਵਾਲਾ ਰਾ ਛੱਡ ਕੇ ਪਾਰਟੀਆਂ ਪੂਟੀਆਂ ਨੂੰ ਭੰਗ ਕਰਕੇ ਇਧਰ ਆਉਂਦੇ ਨੇ ਤਾਂ ਵਫਸਾ ਸਕਦੇ ਨੇ ਉਹਨਾਂ ਨੇ ਪ੍ਰਵਾਨਗੀ ਤਾਂ ਸਮਾਜ ਤੋਂ ਪ੍ਰਵਾਨਗੀ ਲੈਣਾ ਫਿਰ ਉਹਨਾਂ ਦਾ ਕੰਮ ਹੈ ਨਾ ਜੇ ਸਾਰਿਆਂ ਇਸ ਚੋਣ ਵਾਲੀ ਚੀਜ਼ ਨੂੰ ਦੇਖਦੇ ਆ ਸਾਰੇ ਕਾਸੇ ਨੂੰ ਦੇਖਦੇ ਆ ਖਾਸ ਕਰਕੇ ਦੋ ਵੱਡੇ ਪੰਜਾਬ ਦੇ ਸਿਆਸੀ ਲੀਡਰ ਜਾਂ ਭਾਰਤ ਦੀ ਸੀ ਇਹ ਗੱਲ ਕਰਦੇ ਆ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰ ਗਏ ਪੰਜ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ ਪਾਰਟੀ ਦੇ ਪ੍ਰਧਾਨ ਰਹੇ ਕਿੰਨੇ ਅਹੁਦੇ ਰਹੇ ਵੱਡੇ ਵੱਡੇ ਲੀਡਰ ਦੇਖਦੇ ਪ੍ਰਧਾਨ ਮੰਤਰੀ ਤੱਕ ਬਦਲ ਸਭ ਦੇ ਕਰੀ ਹੱਥ ਲਾਉਂਦੇ ਨੇ ਕੀ ਸੋਚਦੇ ਦੇਖੋ ਰਤਨ ਜਦੋਂ ਗੱਡੀ ਲਈ ਤੋ ਲੈਂਦੀ ਹੈ ਨਾ ਹਾਂ ਉਹ ਕਿਸੇ ਡਿਫੈਕਟ ਕਰਕੇ ਰੈਂਦੀ ਹੈ ਕੋਈ ਨੁਕਸ ਕਰਕੇ ਰੈਂਦੀ ਹਮ ਜਦੋਂ ਹੁਣ ਗੱਡੀ ਲਈ ਤੇ ਰੈਂਦੀ ਹੈ ਫਿਰ ਐਕਸੀਡੈਂਟ ਹੁੰਦਾ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਹਮ ਜਦੋਂ ਸੋਡੇ ਤੋਂ ਲੋਕ ਨਰਾਜ਼ ਹੁੰਦੇ ਨੇ ਉਹਨੂੰ ਫਿਰ ਵੱਡੀ ਗੱਲ ਬਣਦੀ ਆ ਕਿਸੇ ਪਾਰਟੀ ਵਾਸਤੇ ਕਿਸੇ ਸੰਸਥਾ ਵਾਸਤੇ ਕਿਸੇ ਬੰਦੇ ਵਾਸਤੇ ਹਮ ਆਪਦੇ ਐਪ ਲੇਖਾ ਜੋਖਾ ਕਰਨ ਦੀ ਵੀ ਕੋਈ ਵਜ੍ਹਾ ਸੀ ਕੋਈ ਸਾਮ ਸੀ ਮੈਂ ਇਸ ਮੌਕੇ ਮੈਨੂੰ ਸਲਾਮਾ ਕਰਦੇ ਸੀ ਹਾਂ ਅੱਜ ਮੈਨੂੰ ਲੋਕ ਦੇਖਣਾ ਵੀ ਪਸੰਦ ਨਹੀਂ ਕਰਦੇ ਹਮ ਉਹੀ ਲੰਬੀ ਚ ਜਿੱਥੇ ਬਾਦਲ ਨੂੰ ਰੱਬ ਮੰਗੂ ਮੰਨਦੇ ਸੀ ਅੱਜ ਉਸ ਲੰਬੀ ਦੇ ਵਿੱਚੋਂ ਹਾਰ ਕਿਉਂ ਗਿਆ ਬਾਦਲ ਸਾਹਿਬ ਇਹ ਤਾਂ ਸਵਾਲ ਹੁਣ ਉਹਨਾਂ ਤੇ ਆ ਵੀਰ ਉਹਦੀ ਆਪਾ ਪਰਚੋਲ ਕਰਨਾ ਹੂੰ ਆਪਦੀ ਪਾਰਟੀ ਦੀ ਪਰਚੋਲ ਕਰਨਾ ਪਿਛਲੀ ਕਾਰਗਜ਼ਾਰੀ ਦੀ ਪਰਚੋਲ ਕਰਨਾ ਉਹ ਨੁਕਸ ਫਰਕ ਦੇਖਣਾ ਜੇ ਬਿਮਾਰੀ ਦੂਰ ਕਰਨੀ ਹੈ ਨਹੀਂ ਲੋਕ ਤਾਂ ਨਹੀਂ ਭਾਈ ਤਰਬਰਗੇ ਹੁੰਦੇ ਨਹੀਂ ਬਖਸ਼ਦੇ ਨਹੀਂ ਹੁੰਦੇ ਕਿਸੇ ਨੂੰ ਅੱਜ ਮੇਰੀ ਆਪਦੀ ਜਥੇਬੰਦੀ ਚ ਬਹੁਤ ਬੁੱਕਤ ਹੈ ਜਿੱਦੇ ਮੇਰੀ ਗੱਡੀ ਲਈ ਤੋਂ ਲਹਿ ਗਈ ਉਹਦੇ ਮੈਨੂੰ ਮੁੱਦਾ ਮਾਰਦਣਗੇ ਲੋਕ ਨਹੀਂ ਕਿਸੇ ਨੂੰ ਬਖਸ਼ਦੇ ਹੁੰਦੇ ਸਮਾਂ ਬੜਾ ਬਲਵਾਨ ਹੁੰਦਾ ਇੱਕ ਹੋਰ ਜਥੇਬੰਦੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੁਹਾਡੀ ਵਾਲੇ ਜਥੇਬੰਦੀ ਨੂੰ ਲੈ ਕੇ ਵੀ ਮੈਨੂੰ ਕਈ ਵਾਰ ਬਹੁਤ ਲੋਕਾਂ ਦੇ ਫੋਨ ਆਏ ਆ ਕੁਝ ਕਿ ਮੈਂ ਨਾਮ ਲੈ ਕੇ ਵੀ ਸ਼ਾਇਦ ਦੱਸ ਸਕਦਾ ਸਕਰੀਨ ਦੇ ਉੱਤੇ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਉਹ ਕਹਿੰਦੇ ਵੀ ਜਿਹੜੇ ਪਿੰਡ ਲੈਵਲ ਦੇ ਉੱਤੇ ਮਾਮਲੇ ਹੁੰਦੇ ਆ ਜਾਂ ਪਿੰਡਾਂ ਦੇ ਪੰਚਾਇਤ ਲੈਵਲ ਦੇ ਮਾਮਲੇ ਹੁੰਦੇ ਆ ਜ਼ਮੀਨਾਂ ਦੇ ਵਾਦ-ਵਾਲ ਉਹਦੇ 'ਚ ਜਦੋਂ ਜਥੇਬੰਦੀ ਐਂਟਰ ਹੁੰਦੀ ਆ ਤੇ ਉੱਥੇ ਹੋ ਸਕਦਾ ਵੱਡੇ ਆਗੂਆਂ ਨੂੰ ਤੁਹਾਡੇ ਤੱਕ ਜਾਂ ਜਿਹੜੇ ਤੁਹਾਡੇ ਤੋਂ ਥੱਲੇ ਆਗੂ ਨੇ ਉਹਨਾਂ ਤੱਕ ਗੱਲ ਨਾ ਪਹੁੰਚਦੀ ਹੋਵੇ ਉੱਥੇ ੱੱਕੇ ਸ਼ਾਹੀ ਹੋ ਜਾਂਦੀ ਆ ਤੇ ਫਿਰ ਉੱਥੇ ਜੱਥੇਬੰਦੀ ਦਾ ਨਾਮ ਖਰਾਬ ਹੁੰਦਾ ਵੀ ਅਗਰਾਹਾ ਜੱਥੇਬੰਦੀ ਵਾਲੇ ਸਾਡੇ ਨਾਲ ੱੱਕਾ ਕਰਗੇ ਦੇਖੋ ਜਿਹਨੂੰ ਇਹ ਜਿਹੇ ਮਸਲੇ ਸਾਡੇ ਧਿਆਨ ਚ ਆਉਂਦੇ ਨੇ ਜਿਹੜੇ ਗਲਤ ਹੁੰਦੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ ਆ ਵੀ ਆਹ ਗਲਤ ਕਰ ਰਹੇ ਤੁਸੀਂ ਇਹ ਠੀਕ ਨਹੀਂ ਆਪਣਾ ਨਹੀਂ ਕਰਨਾ ਬਣਦਾ ਦੋ ਭਰਾਵਾਂ ਦਾ ਝਗੜਾ ਅਫਸ ਵਿੱਚ ਜ਼ਮੀਨ ਦਾ ਝਗੜਾ ਘਰ ਦਾ ਝਗੜਾ ਉਹ ਤੇ ਪਟਵਾਰੇ ਚ ਸਾਨੂੰ ਧਿਰ ਨਹੀਂ ਬਣਨਾ ਚਾਹੀਦਾ ਕਿਸੇ ਦਾ ਹੋਰ ਝਗੜਾ ਸਮਾਜਿਕ ਝਗੜੇ ਨੇ ਸਾਨੂੰ ਉੱਥੇ ਪਾਰਟੀ ਬਣ ਕੇ ਨਹੀਂ ਜਾਣਾ ਚਾਹੀਦਾ ਥਾਣੇ 'ਚ ਜਾ ਕੇ ਕਿਸੇ ਦੇ ਇੱਕ ਪਾਸੇ ਖੜ ਜਾਈਏ ਇਹੋ ਨਹੀਂ ਕਰਨਾ ਚਾਹੀਦਾ ਹਾਂ ਸ਼ਰਿਆਮ ਲੋਕ ਕਹਿੰਦੇ ਨੇ ਵੀ ਆਹ ਬਾਈ ਆਹ ਧੱਕਾ ਇਹ ਬੰਦੇ ਨਾਲ ਇਹਨੂੰ ਬੰਦੇ ਦੀ ਇੱਕ ਅੰਗੂਠਾ ਲਵਾ ਕੇ ਜ਼ਮੀਨ ਆਪਦੇ ਨਾਂ ਕਰਵਾ ਗਿਆ ਇਹ ਵੱਡਾ ਤਣਾੜਾ ਇਹਦੀ ਕੋਈ ਪੁੱਛਗਿੱਛ ਨਹੀਂ ਵਿਚਾਰਾ ਭੁੱਖਾ ਮਰਦਾ ਇਹਦੀ ਜ਼ਮੀਨ ਸੀ ਮਜਲੂਮ ਜਿਹਨੂੰ ਕਹਿੰਦੇ ਆ ਜਿਹਦਾ ਕੋਈ ਵਾਰਿਸ ਨਹੀਂ ਉਹਨਾਂ ਦੀ ਮਦਦ ਕਰਨਾ ਦਾ ਪਰਮਾਨਗੀ ਜੇ ਕਿਸੇ ਨਾਲ ਏ ਧੱਕਾ ਹੁੰਦਾ ਉਹ ਤੱਕ ਆ ਲੱਗਦਾ ਕਿਉਂਕਿ ਤਾਂ ਕਹਾਦਾ ਸਮਾਜ ਦੇ ਇੱਕ ਇੱਕ ਬੰਦੇ ਨੂੰ ਤਾਂ ਲੱਗਣਾ ਨਹੀਂ ਸਮਾਜ ਦੇ ਲੋਕਾਂ ਨੂੰ ਆਮ ਲੋਕੀ ਕਹਿਣਗੇ ਜਰਾ ਤਾਂ ਸਾਰੇ ਹਮ ਤੱਕ ਆ ਗਿਆ ਇਹਦੀ ਕੋਈ ਮਤ ਕਰਨੀ ਉੱਥੇ ਜਿੱਥੇ ਬੰਦੀ ਖੜਦੀ ਹੈ ਪਰ ਇੱਥੇ ਦੋ ਪਾਈਆਂ ਦੇ ਮਾਮੂਲੀ ਝਗੜਿਆਂ ਦੇ ਵਿੱਚ ਕੋਈ ਨਾ ਕੋਈ ਵੇਟਲੀ ਟੀਮ ਕਰ ਲੈਂਦੀ ਹੁੰਨੀ ਜਦੋਂ ਇਹ ਜੀ ਗੱਲ ਸਾਡੇ ਧਿਆਨ ਚ ਆਉਂਦੀ ਅਸੀਂ ਉਹਨਾਂ ਨੂੰ ਰੋਕ ਦਿੰਦੇ ਹਾਂ ਹੁਣ ਜਾਂਦੇ ਜਾਂਦੇ ਸਭ ਤੋਂ ਅਹਿਮ ਸਵਾਲ ਜਿਹੜਾ ਬਹੁਤ ਵੱਡਾ ਇੱਕ ਕਹਿ ਲਈਏ ਵੀ ਲੋਕ ਕਹਿੰਦੇ ਆ ਵੀ ਜੋਗਿੰਦਰ ਸਿੰਘ ਰਾਹਾਂ ਦੇ ਉੱਤੇ ਇਹ ਤੱਬਾ ਲੱਗ ਜਾਂਦਾਗਾ ਖਾਸ ਕਰਕੇ ਧਰਮ ਨੂੰ ਲੈ ਕੇ ਜਿੱਥੇ ਗੱਲ ਆਉਂਦੀ ਆ ਕਾਮ ਰੇਡ ਵਰਸ ਇੱਕ ਧਰਮ ਦੀ ਗੱਲ ਆਉਂਦੀ ਆ ਕਾਮਰੇਡ ਵਰਸੀ ਸਿੱਖ ਹੁੰਦਾਗਾ ਜਾਂ ਅਸੀਂ ਕਹਿ ਦਈਏ ਵੀ ਖਾਲਸਾਣ ਦੀ ਗੱਲ ਆਉਂਦੀ ਆ ਉਸ ਚੀਜ਼ਾਂ ਨੂੰ ਲੈ ਕੇ ਤੁਸੀਂ ਸੋਚਦੇ ਹੋ ਤੁਸੀਂ ਵੀ ਇਸ ਧਰਮ ਨੂੰ ਸੰਬੰਧ ਰੱਖਦੇ ਹੋ ਉਸੇ ਧਰਮ ਦੇ ਵਿੱਚ ਜੰਮੇ ਜਾਏ ਹੋ ਉਸ ਧਰਤੀ ਦੇ ਉੱਤੇ ਜੰਮੇ ਜਾਏ ਹੋ ਜਿੱਥੇ ਗੁਰੂ ਪੀਰ ਜੰਮੇ ਇਹ ਚੀਜ਼ਾਂ ਮਨ ਦੇ ਵਿੱਚ ਵਿਚਾਰ ਆਉਂਦੀਆਂ ਵੀ ਇਹ ਕੀ ਹੋ ਗਿਆ ਕਿ ਵਾਕਿਆ ਦੇ ਵਿੱਚ ਓਵੇਂ ਹੈਗਾਗਾ ਦੇਖੋ ਧਰਮ ਦੇ ਸਵਾਲ ਤੇ ਤਾਂ ਸਾਡਾ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੂੰ ਕਿਸੇ ਵੀ ਧਰਮ। ਜੇ ਮੇਰੀ ਨਿੱਜੀ ਰਾਏ ਪੁੱਛਦੇ ਹੋ ਤਾਂ ਜੇ ਧਰਮਾਂ ਦੇ ਲੇਖੇ ਜੋਖੇ ਚ ਪੈਣਾ ਹੋਵੇ। ਹਾਂ। ਮੈਂ ਕੋ ਸਿੱਖ ਧਰਮ ਦੀ ਫਿਲਾਸਫੀ ਦੇ ਮੈਂ ਬਹੁਤ ਨੇੜੇ ਹਾਂ। ਹੂੰ। ਕਿਉਂਕਿ ਮੇਰਾ ਆਪਦਾ ਪਰਿਵਾਰ ਵੀ ਸਿੱਖ ਧਰਮ ਨਾਲ ਸੰਬੰਧਤ ਹੈ। ਮੇਰੇ ਰਿਸ਼ਤੇਦਾਰ ਵੀ ਸਿੱਖ ਧਰਮ ਨਾਲ ਸੰਬੰਧਤ ਨੇ। ਹੂੰ। ਮੈਂ ਇਸ ਕਰਕੇ ਸਿੱਖ ਧਰਮ ਦੇ ਨੇੜੇ ਨਹੀਂ ਵੀ ਮੇਰਾ ਪਰਿਵਾਰ ਤੇ ਮੇਰੇ ਰਿਸ਼ਤੇਦਾਰ ਇਹਦੇ ਨਾਲ ਸੰਬੰਧਤ ਨੇ। ਹੂੰ। ਮੈਂ ਜੀ ਫਿਲਾਸਫੀ ਨੂੰ ਬਹੁਤ ਠੀਕ ਮੰਨਦਾ। ਇਲੀ ਫਲਸਫੀ ਬਹੁਤ ਸਾਰੀ ਕਮਿਊਨਿਸਟ ਥਿਉਰੀ ਹੈ ਜਿਹੜੀ ਉਹਦੇ ਨਾਲ ਜੁੜਦੀ ਹੈ ਜਿਹਦੇ ਕਰਕੇ ਮੈਨੂੰ ਕਮਿਊਨਿਸਟ ਕਿਹਾ ਜਾਂਦਾ ਮੈਂ ਵੀ ਜਿੰਜੇ ਕੁੱਲ ਧਰਮ ਦੀ ਗਾਥਾ ਪੜ੍ਹਨੀ ਹੋਵੇ ਇੱਕ ਹੀ ਸਿੱਖ ਧਰਮ ਦੀ ਫਲਸਫੀ ਕਹੀ ਜੀ ਫਲਸਫੀ ਹੈ ਜਿਹੜੀ ਬਰਾਬਰਤਾ ਦੀ ਗੱਲ ਕਰਦੀ ਹੈ ਜਿਹੜੀ ਮਜਲੂਮਾਂ ਦੀ ਰੱਖੀ ਦੀ ਗੱਲ ਕਰਦੀ ਹੈ ਜਿਹੜੀ ਕਿਰਤ ਕਰਕੇ ਵੱਡ ਛੱਕਣ ਦੀ ਗੱਲ ਕਰਦੀ ਹੈ ਇਹਦੇ ਨਾਲ ਤਾਂ ਸਾਡਾ ਕੋਈ ਰੋਲ ਨਹੀਂ ਇਸ ਫਿਲਾਸਫੀ ਨਾਲ ਤਾਂ ਲੋਕ ਤਾਂ ਕਹਿੰਦੇ ਇਸ ਫਿਲਾਸਫੀ ਨਾਲ ਤਾਂ ਸਾਡਾ ਕੋਈ ਝਗੜਾ ਹੀ ਨਹੀਂ ਕਿਹਾ ਇਹ ਆਂਦਾ ਵੀ ਛੋੜਾ ਸਭ ਤੋਂ ਵੱਡਾ ਹੀ ਰੌਲਾ ਇੱਥੇ ਆ ਕਮਾਲ ਦੀ ਗੱਲ ਤਾਂ ਮੈਂ ਇਹੀ ਇਹੀ ਤਾਂ ਮੈਂ ਕਮਾਲ ਦੀ ਗੱਲ ਮੰਨਦਾ ਹਾਂ ਵੀ ਐਸ ਫਿਲਾਸਫੀ ਨਾਲ ਸਾਡਾ ਕੋਈ ਰੌਲਾ ਨਹੀਂ ਹਾਂ ਐਸ ਫਿਲਾਸਫੀ ਨਾਲ ਸਾਡਾ ਕੋਈ ਰੌਲਾ ਨਹੀਂ ਸਾਡਾ ਤਾਂ ਰੌਲਾ ਉਸ ਗੱਲ ਨਾਲ ਹੈ ਜਿਹੜੇ ਸਾਡੇ ਧੱਕੇ ਨਾਲ ਜ਼ਬਰੀ ਐ ਕਹਿੰਦੇ ਨੇ ਵੀ ਤੁਸੀਂ ਸਾਡੀ ਗੱਲ ਸੁਣੋ ਤੁਸੀਂ ਐਂ ਕਹੋ ਤੁਸੀਂ ਇੱਥੇ ਵੈਗਰੂ ਜੀ ਦਾ ਖਾਲਸਾ ਕਹੋ ਤੁਸੀਂ ਇੱਥੇ ਫਲਾਣੀ ਗੱਲ ਕਹੋ ਜਦੋਂ ਤੁਹਾਡੇ ਮੂੰਹੋਂ ਕਿਸਾਨ ਅੰਦੋਲਨ ਦੇ ਵਿੱਚ ਇਹ ਸਟੇਟਮੈਂਟ ਆਉਂਦੀ ਆ ਵੀ ਅਸੀਂ ਤਾਂ ਇਨਕਲਾਬ ਜਿੰਦਾਬਾਦ ਕਹਾਂਗੇ ਅਸੀਂ ਨਹੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਇਹੀ ਸਭ ਤੋਂ ਵੱਡਾ ਪ੍ਰਸ਼ਨ ਚ ਹੈ ਵੀ ਆਹ ਦੇਖੋ ਉਦੋਂ ਕਲਿੱਪ ਵੀ ਬਣਦਾ ਵੀ ਆਹ ਦੇਖੋ ਮੰਨਦੇ ਨੇ ਇਹ ਕਹਿੰਦੇ ਨੇ ਇਹ ਤਾਂ ਬਈ ਕਟੜਕਾਮ ਬਰੇਟ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਸਾਡੀਆਂ ਸਟੇਜਾਂ ਤੇ ਬੁਲਾਰਿਆਂ ਤੋਂ ਸੁਣੋ ਹੂੰ ਸੁਣੀਆ ਗੀਆਂ ਸੁਣੀਆ ਗੀਆਂ ਭੋਗਾਂ ਤੇ ਭੋਗਾਂ ਸੁਣੋ ਮੇਰੀ ਗੱਲ ਭੋਗਾਂ ਤੇ ਵੀ ਅਸੀਂ ਬੋਲਦੇ ਹਾਂ ਹਾਂ ਸਾਡਾ ਇਤਰਾਜ਼ ਕਿਸ ਗੱਲ ਤੇ ਪੈਂਦਾ ਭਲਾ ਹੂੰ ਅਸੀਂ ਇਤਰਾਜ਼ ਇਸ ਗੱਲ ਤੇ ਆ ਜਦੋਂ ਪੰਡਾਲ ਦੇ ਵਿੱਚ ਕੀਰਤਿਆਂ ਦਾ ਪੰਡਾਲ ਹੈ ਕਿਸਾਨੀ ਦਾ ਪੰਡਾਲ ਹੈ ਸਾਰੇ ਧਰਮਾਂ ਦਾ ਪੰਡਾਲ ਹੈ ਹੂੰ ਉੱਥੇ ਸੋਹ ਨਿਹਾਲ ਦਾ ਨਾਰਾ ਮਾਰਦੇ ਆ ਉੱਥੇ ਅਸੀਂ ਸਿਰਫ ਵਰਜਦੇ ਆ ਬੰਦਿਆਂ ਨੂੰ ਕਾਰਨ ਵੀ ਇਸ ਪੰਡਾਲ ਨੂੰ ਤੁਸੀਂ ਆਪਣੇ ਧਰਮ ਦਾ ਇਕੱਲੇ ਦਾ ਨਾ ਬਣਾਓ ਇੱਥੇ ਜੈਰਾਮ ਸਿੰਘ ਜੀ ਕਹਨ ਵਾਲੇ ਬੰਦੇ ਵੀ ਆ ਇਹਦਾ ਉਹ ਅਰਥ ਅੱਡ ਕੱਢ ਕੇ ਸਾਨੂੰ ਇੱਕ ਫਿਰਕੇ ਦੇ ਵਿੱਚ ਜਿਵੇਂ ਅਸੀਂ ਦਿੱਲੀ ਦੇ ਵਿੱਚ ਖਾਸ ਕਰਕੇ ਕੀਤਾ ਹਮ ਬੀਜੇਪੀ ਸਰਕਾਰ ਇਸ ਅੰਦੋਲਨ ਨੂੰ ਸਿੱਖਾਂ ਦਾ ਅੰਦੋਲਨ ਬਣਾਉਣਾ ਚਾਹੁੰਦੀ ਸੀ ਹਮ ਫਿਰਕਾ ਪ੍ਰਸਤਾਂ ਦਾ ਟੈਗ ਲਾਉਣਾ ਚਾਹੁੰਦੀ ਸੀ ਸਾਡੇ ਇਹ ਖਾਲਸਤਾਨੀਆਂ ਦਾ ਸਾਡੇ ਤੇ ਠੱਪਾ ਚੇਪਣਾ ਚਾਹੁੰਦੀ ਸੀ ਹਮ ਅਸੀਂ ਇਸ ਗੱਲ ਤੋਂ ਬਰਜਦੇ ਸੀ ਵੀ ਇੱਧਰ ਨੂੰ ਚੁਕਾ ਨਾ ਰੱਖੋ ਹਮ ਕਿਸਾਨੀ ਦੇ ਨਾਰੇ ਮਾਲੋ ਹਮ ਬੋਲੋ ਸਭ ਨਿਹਾਲ ਨਾਰਾ ਮਾਰਨੇ ਆਪਣੇ ਤੁਸੀਂ ਪੰਡਾਲਾਂ ਦੇ ਵਿੱਚ ਹੁੰਨੇ ਆ ਘਰਾਂ 'ਚ ਹੁੰਨੇ ਆ ਉੱਥੇ ਮਾਰ ਲਓ ਬੈਗਰੂਜ ਜੀ ਦੀ ਫਤਿਹ ਤੁਸੀਂ ਆਪਣਾ ਆਮ ਸ਼ੁਰੂਆਤ ਕਰਨ ਲੱਗੇ ਖਤਮ ਕਰਨ ਲੱਗੇ ਆਪਾਂ ਬੋਲਦੇ ਆ ਬੋਲੋ ਕੋਈ ਇਤਰਾਜ ਨਹੀਂ ਪਰ ਤੁਸੀਂ ਇੱਥੇ ਜੇ ਆਪਾਂ ਸੋਹ ਨਿਹਾਲ ਦਾ ਨਾਰਾ ਮਾਰਦੇ ਆ ਦੂਜੇ ਨੇ ਭਾਰਤ ਮਾਤਾ ਕੀ ਜੈ ਬੋਲਤੀ ਫਲਾਣੇ ਦੀ ਇਹ ਐਂ ਦਫਾੜ ਇਨੂੰ ਫਿਰ ਕਿਊਤ ਰੰਗਤ ਦੇਣ ਦੀ ਕੋਸ਼ਿਸ਼ ਨਾ ਕਰੋ ਇਹ ਤੋਂ ਬਚੋ ਤੁਹਾਨੂੰ ਲੱਗਿਆ ਵੀ ਤੁਸੀਂ ਸਮਝਾਉਣ ਦੇ ਵਿੱਚ ਲੋਕਾਂ ਨੂੰ ਨਾਕਾਮਜਾਬ ਰਹੇ ਹੋ ਜਾਂ ਲੋਕਾਂ ਨੂੰ ਤੁਸੀਂ ਸਮਝਾਇਆ ਲੋਕਾਂ ਨੂੰ ਸਮਝ ਨਹੀਂ ਲੱਗੀ ਲੋਕਾਂ ਨੂੰ ਕੋਈ ਰੌਲਾ ਨਹੀਂ ਹਾਂ ਲੋਕਾਂ ਦਾ ਸਾਡੇ ਨਾਲ ਬਹੁਤ ਸਮਝਦਾਰੀ ਹੈ ਲੋਕਾਂ ਦੇ ਬਹੁਤ ਫਿੱਟ ਹੈ ਤੇ ਸਾਡੇ ਪੰਡਾਲ ਚ ਇਸ ਤਰ੍ਹਾਂ ਦਾ ਹੋਇਆ ਵੀ ਹੂੰ ਰੌਲਾ ਕਿਹਨਾਂ ਨੂੰ ਹੈ ਹੂੰ ਰੌਲਾ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੇ ਮਨਸੂਬੇ ਨਹੀਂ ਪੂਰੇ ਹੋਣ ਦਿੱਤੇ ਅਸੀਂ ਹੂੰ ਅਸੀਂ ਖਾਲਸਤਾਨੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਅਸੀਂ ਸਾਡੇ ਸਟੇਜ ਨੂੰ ਧਾਰਮਿਕ ਨਹੀਂ ਬਣਨ ਦਿੱਤਾ। ਹੂੰ ਕਦੇ ਇਹ ਚੀਜ਼ ਦਾ ਕੋਈ ਦੁੱਖ ਹੋਇਆਗਾ ਜਾਂ ਜਿਵੇਂ ਆਪਾਂ ਸਮਝਾਉਣ ਵਾਲੀ ਗੱਲ ਤੁਸੀਂ ਕਹਿ ਰਹੇ ਹੋ ਵੀ ਸਾਡੇ ਆਲੇ ਨੂੰ ਤਾਂ ਸਮਝ ਆ ਗਈ ਕੁਝ ਲੋਕਾਂ ਨੂੰ ਨਹੀਂ ਸਮਝ ਆਈ। ਫੋਨ ਫੋਨ ਬਹੁਤ ਆਉਂਦੇ ਹੋਣੇ ਤੁਹਾਨੂੰ ਜਾਂ ਉਦੋਂ ਉਸ ਦੌਰਾਨ ਫੋਨ ਬਹੁਤ ਆਏ ਵੀ ਤੁਸੀਂ ਇਹ ਕਿਵੇਂ ਬੋਲਦੇ ਹੋ? ਗਾਲਾਂ ਗਾਲਾਂ ਕੱਢਦੇ। ਭੈਣਾਂ ਦੀਆਂ ਗਾਲਾਂ। ਤੁਹਾਨੂੰ ਕੱਢੀਆਂ ਗੱਲਾਂ? ਆਉਂਦੇ ਹਾਂ। ਫੋਨਾਂ ਤੇ। ਤਮਕੀਆਂ ਵੀ ਕਰਦੇ। ਉਹ ਕਮੈਂਟ ਕਰਦੇ ਐਂ ਤਾਂ ਮੈਨੂੰ ਫੋਨ ਤੇ ਸਿੱਧੀ ਕਿਤੇ ਨਹੀਂ ਨਿਕਲ ਕਦੇ ਕੱਢੀ। ਹਾਂ। ਨਹੀਂ ਮੈਂ ਫੋਨ ਚੈੱਕ ਦਾ ਹੂੰ ਤੇ ਉਹ ਕਮੈਂਟ ਕਰ ਕਮੈਂਟਾਂ ਦੇ ਵਿੱਚ ਗਾਲਾਂ ਬਹੁਤ ਕੱਢਦੇ ਹੂੰ ਬਹੁਤ ਗੱਲਾਂ ਤੀਆਂ ਨੇ ਬਹੁਤ ਝੱਲਿਆ ਬਹੁਤ ਕੁਛ ਝੱਲਿਆ ਹੂੰ ਇਹ ਸਾਰਾ ਕੁਝ ਦੇਖਿਆ ਪਰ ਇੱਕ ਮੇਰੇ ਸਮਝ ਨਹੀਂ ਆਈ ਕਿ ਇਹ ਥਾਰੋਟੀ ਕਿਸੇ ਕੋਲ ਕੀ ਆ ਗਈ ਹੁਣ ਲੇਕ ਮੈਂ ਬੇਸ ਤੋਂ ਸਿੱਖ ਮੇਰਾ ਪਰਿਵਾਰ ਸਿੱਖ ਪਰ ਮੇਰਾ ਹੁਣ ਸਿੱਖ ਹੋਣ ਨੂੰ ਜੀ ਨਹੀਂ ਕਰਦਾ ਬਹੁਤ ਵੱਡੀ ਗੱਲ ਕਹਿ ਰਹੇ ਹੋ ਗ੍ਰਾਂਹ ਸਾਹਿਬ ਮੈਂ ਬਹੁਤ ਵੱਡੀ ਗੱਲ ਕਰਿਆ ਫਿਰ ਵਿਵਾਦ ਨਾ ਹੋ ਜੇ ਬਹੁਤ ਤਾਂ ਹੁੰਦੀ ਰਹੇਗੀ ਸਿੱਖ ਮੈਨੂੰ ਐ ਵੀ ਮੈਨੂੰ ਵੀ ਤਾਂ ਸਿੱਖ ਕਿਹਾ ਜਾਂਦਾ ਮੈਂ ਸਿੱਖਾਂ ਕੋ ਸਿੱਖ ਨੇ ਹੂੰ ਜਿਹੜੇ ਹੁਣ ਸਿੱਖ ਦੀ ਡੈਫੀਨੇਸ਼ਨ ਕੀ ਹੈ ਹੂੰ ਸਿੱਖ ਕਿਹਨੂੰ ਕਹਿੰਦੇ ਜਿਹੜੇ ਗਾਲਾਂ ਕੱਢਦੇ ਨੇ ਉਹ ਸਿੱਖ ਨੇ ਹੂੰ ਜਿਹੜੇ ਖਾਲਸਤਾਨ ਮੰਗਦੇ ਨੇ ਉਹ ਸਿੱਖ ਨੇ ਹੂੰ ਸਿੱਖ ਕਿਹਨੂੰ ਕਹੋਗੇ ਤੁਸੀਂ ਸਿੱਖ ਮੈਨੂੰ ਕਹਿੰਦੇ ਨੇ ਵੀ ਇਹ ਕਾਮਰੇਡ ਹੈ ਹੂੰ ਉਹਨਾਂ ਨੇ ਕਹਿਤਾ ਕਾਮਰੇਡ ਕਾਮਰੇਡ ਸਿੱਖ ਨਹੀਂ ਹੋ ਸਕਦਾ ਹੂੰ ਹੋ ਜੇ ਵਿਵਾਦ ਖੜਾ ਹੂੰ ਆਪਣੇ ਆਪ ਸਿੱਖੀ ਤੋਂ ਲੋਕਾਂ ਨੂੰ ਜਿਹੜੇ ਮੈਂ ਤਾਂ ਤੁਹਾਨੂੰ ਪਹਿਲਾਂ ਜ਼ਿਕਰ ਕਰਕੇ ਨੇ ਵੀ ਸਭ ਤੋਂ ਵੱਧ ਫਲਸਫੀ ਮੈਨੂੰ ਪਸੰਦ ਆ ਹੂੰ ਸਿੱਖ ਫਲਸਫੀ ਨੂੰ ਮੈਂ ਸਭ ਤੋਂ ਵੱਧ ਪਸੰਦ ਕਰਦਾ ਹੂੰ ਖੋਹਣ ਦੀ ਕੋਸ਼ਿਸ਼ ਕਰਦੇ ਨੇ ਵੀ ਤੂੰ ਕਿਵੇਂ ਪਸੰਦ ਕਰਦਾ ਪਰ ਇਹ ਵੀ ਮੰਨਦੇ ਹੋ ਵੀ ਧਰਮ ਪ੍ਰਥਮ ਆ ਕਿ ਧਰਮ ਰਾਜਨੀਤੀ ਬਾਅਦ ਜਾਂ ਹੋਰ ਚੀਜ਼ਾਂ ਬਾਅਦ ਨਹੀਂ ਮੈਂ ਇਸ ਗੱਲ ਤੇ ਇਹ ਚੱਕਰ ਚ ਨਹੀਂ ਪਣਾਣਾ ਚਾਹੁੰਦਾ ਧਰਮ ਤੇ ਧਰਮ ਕੀ ਆ ਧਰਮ ਆ ਬਤਨ ਸਾਰੇ ਰਾਜਨੀਤੀ ਆਪਣੇ ਥਾਂ ਤੇ ਹੂੰ ਮੈਂ ਜਾਂਦੇ ਜਾਂਦੇ ਇੱਕ ਸਵਾਲ ਕਰੂੰਗਾ ਜ਼ਿੰਦਗੀ ਦੇ ਵਿੱਚ ਕੋਈ ਪਛਤਾਵਾ ਕੋਈ ਪਛਤਾਵਾ ਨਹੀਂ ਹੂੰ ਜ਼ਿੰਦਗੀ ਚ ਕੋਈ ਪਛਤਾਵਾ ਨਹੀਂ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ ਜੀ ਤਾਂ ਪਛਤਾਵਾ ਹੋਊਗਾ ਹੂੰ ਜਿਹੜੀ ਲਾਈਨ ਤੇ ਤੁਸੀਂ ਚੱਲ ਰਹੇ ਹੋ ਇਸ ਲਾਈਨ ਤੇ ਚੱਲਣ ਦਾ ਤੁਹਾਨੂੰ ਗਰਭ ਮਹਿਸੂਸ ਹੁੰਦਾ ਮੈਂ ਪੂਰਾ ਮਾਨ ਹੈ ਹੂੰ ਇੱਕ ਨੌਜਵਾਨ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੱਥੇਬੰਦੀ ਦੀ ਬਾਗਡੌੜ ਕੀ ਬਜ਼ੁਰਗ ਲੋਕ ਹੀ ਸੰਭਾਲਣਗੇ ਕਿ ਨੌਜਵਾਨ ਇਹ ਤਾਂ ਕੋਈ ਵੀ ਨਹੀਂ ਕਹਿ ਸਕਦਾ ਹੁੰਦਾ ਹਰੇਕ ਦੀ ਆਸ਼ਾ ਹੁੰਦੀ ਹੈ ਵੀ ਨੌਜਵਾਨ ਸਾਹਮਣੋਂ ਹਾਂ ਕਿਸੇ ਨੂੰ ਦੇਖਦੇ ਹਾਂ ਵੀ ਕੋਈ ਹੈਗਾਗਾ ਬਚਾਰੇ ਜੱਥੇਬੰਦੀ ਦੇ ਵਿੱਚ ਹੀ ਹਾਂ ਜੱਥੇਬੰਦੀ ਦੇ ਵਿੱਚ ਹੀ ਬਹੁਤ ਫਿਰ ਅਗਰਾਂ ਸਾਹਿਬ ਸਮਾਜਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ